ਲੱਗਣ ਦਾ ਸਮਾਨ ਆਇਆ ਸਾਰਿਆਂ ਦਾ 30,000 ਦਾ ਅੱਜ ਸ਼ਾਮਾਂ ਨੂੰ ਜਾਂ ਕੱਲ ਸਵੇਰੇ ਵੇਖਿਓ ਤੁਸੀਂ ਜਿੰਨੀਆਂ ਤੁਸੀਂ ਜਿਹੜੀ ਉਧਰ ਲੈ ਕੇ ਗਲਤ ਨੀ ਹੈਗੇ ਛੱਡ ਦੇਣਾ ਇੱਥੇ ਰਹਾ ਮੇਰੇ ਨੂੰ ਮਿੱਤਰਾ ਗੁੱਡ ਮਾਰਨਿੰਗ ਹੋਈ ਪਈ ਹੈ ਆਪਣੇ ਉਹਦੇ ਪਾਸ ਸਤਿ ਸ੍ਰੀ ਅਕਾਲ ਆ ਸਾਰਿਆਂ ਨੂੰ ਸਜਣਾ ਮਿੱਤਰਾਂ ਨੂੰ ਲੈ ਬਈ ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਆਪਾਂ ਕਰਦੀ 5:30 ਵਜੇ ਅੱਜ ਬਣੀ ਆ ਗੱਲ ਅੱਜ ਉੱਠਿਆ ਗਿਆ ਜੇ ਟਾਈਮ ਸਿਰ ਹੈ ਕੱਲ੍ਹ ਗੱਲਾਂ ਲਾਈ ਮੈਂ ਨਾ ਦਿਲ ਹੀ ਖੁਸ਼ ਹੋ ਗਿਆ ਅੱਜ ਮੇਰਾ ਜਦੋਂ ਮੈਂ ਉੱਠ ਕੇ ਟਾਈਮ ਵੇਖਿਆ ਨਾ ਮੈਂ ਲੈ ਵੀ ਆਹ ਦੇ ਸਰਾਹ ਲੱਗ ਗਿਆ ਆਹ ਟਾਈਮ ਚਾਹੀਦਾ ਉੱਠਣਾ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਅੱਜ ਵੇਨੇ ਬੰਦਾ ਆਪਣੇ ਨਾਲ ਕਿਹੜਾ ਜਾਂਦਾ ਜਿਨ੍ਹਾਂ ਨੇ ਕੱਲ੍ਹ ਵਾਲਾ ਵਲੋਗ ਦੇਖਿਆ ਉਹਨਾਂ ਨੇ ਇਹ ਗੱਲ ਤਾਂ ਪਤਾ ਸੀ ਅੱਜ ਮੈਂ ਕਦੇ ਜਾਣਾ ਵਾ ਇਹਨਾਂ ਨੂੰ ਮੈਂ ਟਾਈਮ ਦਿੱਤਾ 7 ਵਜੇ ਦਾ 7 ਵਜੇ ਤੱਕ ਆਪਾਂ ਸੈਰ ਕਰਕੇ ਖਾ ਪੀ ਕੇ ਗੁਰੂ ਮਹਾਰਾਜ ਦਾ ਪਾਠ ਕਰਕੇ ਅਤੇ ਦਰਸ਼ਨ ਵੀ ਕਰਾਉਣੇ ਆ ਜਦੋਂ ਤੱਕ ਕੋਈ ਬੰਦਾ ਆ ਗਿਆ ਤਾਂ ਠੀਕ ਆ ਨਹੀਂ ਫਿਰ ਯਾਰ ਨਹੀਂ ਇਕੱਲੇ ਹੀ ਜਾਣਗੇ ਅੱਜ ਹੈਂ ਰਾਤੀ ਹੱਸਦੇ ਸੀ ਇਹ ਅਸੀਂ ਆ ਜਾਣਾ ਇਹ ਲੱਗ ਜੂ ਪਤਾ ਅੱਜ ਕੀ ਬਣਦਾ ਜੇ ਤਾਂ ਆ ਗਏ ਲੈ ਜਾਵਾਂਗੇ ਨੀਂਦ ਬੜੀ ਪਿਆਰੀ ਸਾਡੇ ਬੰਦੇ ਨੂੰ ਗੱਲ ਕੋਈ ਨਹੀਂ ਜ਼ਿੰਮੇਵਾਰੀ ਨਾ ਹੈਗੀ ਸਿਰ 'ਤੇ ਜ਼ਿੰਮੇਵਾਰੀ ਸਿਰ 'ਤੇ ਹੋਵੇ ਤਾਂ ਅੱਖ ਪਤਾ ਬੜੀ ਖੁੱਲ੍ਹਦੀ ਆ ਪ੍ਰਧਾਨ ਕੀ ਗੱਲ ਪੁੱਤ ਕੀ ਗੱਲ ਚੱਲ ਆ ਜਾ ਕਿੱਥੇ ਕੋਕੋ ਆ ਜਾ ਕੋਕੀ ਕਿੱਦਾਂ ਹੈ ਹੈਂ ਆ ਵੇ ਪਿਆਰ ਕਰਨ ਨਹੀਂ ਦਿੰਦਾ ਕਿਸੇ ਨੂੰ ਚੱਲ ਚੱਲ ਮੇਰੇ ਚੱਲ 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 ਪਾਣੀ ਪੀ ਗਰਮ ਕਰਕੇ ਲੈ ਵੀ ਪਾਣੀ ਪੀਏ ਗਰਮ ਕਰਕੇ ਫਿਰ ਚੱਲਦੇ ਹਾਂ ਸੈਰ ਨੂੰ ਹਾਂਜੀ ਤੁਸੀਂ ਵੀ ਹੈਗੇ ਜੀ ਹੈਂ ਪੈਂਤਰੂ ਕਿੱਦਾਂ ਮੇਰਾ ਫੋਟੋ ਇੱਧਰ ਮਾਣਾ ਹੋਣੀ ਰਸੋਈ 'ਚ ਪਹਿਲਾਂ ਮਾੜੇ ਫਿਰਦੇ ਇੱਧਰ ਪਏ ਕੀ ਲੱਭਦੀ ਹੈ ਮੈਂ ਸਵੇਰੇ ਸਵੇਰੇ ਚਿਕਨ ਦੀ ਬੜੀ ਸ਼ੌਕੀਨ ਗੁਰੂ ਆਏ ਹੈਂ ਨਾਲ ਦੇ ਬੰਦੇ ਨੂੰ ਮੈਂ ਪੂਰੇ 6 ਵਜੇ ਫੋਨ ਕਰਤਾ ਸੀ ਮੈਂ ਕਿਹਾ ਆ ਜਾਓ ਮਿੱਤਰੋ 7 ਵਜੇ ਤੋਂ ਪਹਿਲਾਂ 6:30 ਹੋ ਗਏ ਆ ਹਨਾ ਇਹ 7 ਵਜੇ ਤੱਕ ਆ ਗਏ ਠੀਕ ਆ 7:30 ਚੱਲੂਗਾ ਚੱਲ ਵੇਟ ਕਰ ਲਾਂਗੇ ਸੱਜਣਾ ਦੀ ਅੱਧਾ ਘੰਟਾ ਹੈ ਉਹਨਾਂ ਜਿਹੜਾ ਆਪਾਂ ਨਹਾ ਧੋ ਗਏ ਗੁਰੂ ਮਹਾਰਾਜ ਦਾ ਪਾਠ ਕਰਦੇ ਹਾਂ ਨਾਲੇ ਕੁਝ ਖਾ ਪੀ ਲੈਂਦੇ ਹਾਂ ਹੈ ਇਸ ਵਿੱਚ ਇੱਧਰ ਵੇ ਮੈਨੂੰ ਪਤਾ ਸੀ ਮੈਨੂੰ ਆਪਾਂ ਗੇਟ 'ਤੇ ਗਾੜੀ ਹੋਣਾ ਇਹ ਗੱਲ ਤਾਂ ਮੈਨੂੰ ਪਤਾ ਸੀ ਵੀ ਤੂੰ ਖਰਾਬੀਆਂ ਨਾ ਕਰਦਾ ਵੇ ਮੈਂ ਤੈਨੂੰ ਨਾਲ ਹੀ ਖੜਾ ਮੈਂ ਤਾਂ ਨਾਲ ਲੈ ਕੇ ਜਾਣ ਵਾਲੀ ਜਿਨਸ ਹੈ ਗੀ ਇਹਨੂੰ ਲੈ ਜਾਈਏ ਇਹ ਸਿਆਣਾ ਥੋੜ੍ਹਾ ਇਹ ਗੱਲੋਂ ਇਹ ਰਹਿੰਦਾ ਨਾਲ ਹੀ ਪੂਰਾ ਵਫਾਦਾਰ ਪੂਰਾ ਡਿਊਟੀ ਜਾ ਰਿਹਾ ਹੈ ਲੈ ਵੀ ਮਿੱਤਰਾ ਆਪਾਂ ਤਾਂ ਨਹਾ ਧੋ ਕੇ ਰੈਡੀ ਹੋ ਕੇ ਗੁਰੂ ਮਹਾਰਾਜ ਦਾ ਪਾਠ ਵੀ ਕਰ ਲਿਆ ਅਤੇ ਵੇਨੇ ਬਾਹਰ ਨਿਕਲ ਕੇ ਬੰਦੇ ਆਪਣੇ ਆਏ ਕਿ ਨਹੀਂ ਆਏ ਜੇ ਨਹੀਂ ਆਏ ਤਾਂ ਆਪਾਂ ਕੁਝ ਖਾ ਪੀ ਕੇ ਤਾਂ ਆਪਾਂ ਨਿਕਲੀਏ ਜੇ ਆ ਗਏ ਹੋਣਗੇ ਤਾਂ ਫਿਰ ਨਾਲ ਲੈ ਜਾਵਾਂਗੇ ਕੀ ਕਹਿੰਦਾ
ਮੇਰੇ ਦੁੱਧ ਲਿਆ ਕੇ ਦੋਵੇਂ ਜਣੇ ਮੇਰੇ ਦੁੱਧ ਦੀ ਚਾਹ ਪੀਣ ਦੋਵੇਂ ਜਣੇ ਮੇਰੇ ਦੁੱਧ ਲਿਆ ਕੇ ਭਲਾ ਹੈ ਬਾਬਾ ਪਾਣੀ ਮਗਰ ਭਲਾ ਦੱਸ ਦਣੀ ਹੋਵੇ ਸਤਿ ਸ੍ਰੀ ਅਕਾਲ ਕੀ ਹਾਲ ਹੈ ਇਹ ਦੁੱਧ ਲੈ ਗਏ ਮੰਮੀ ਵੇਖ ਤੁਸੀਂ ਕੁਝ ਵੇਖ ਕੇ ਕਹਿਣਾ ਨਹੀਂ ਮੋਟੇ ਜਾਦੇ ਹੋ ਗਏ ਨਾ ਹੁੰਦਾ ਤਬੀਬ ਹੈ ਕਿੱਥੇ ਮੋਟਾ ਆਇਆ ਫਿਰ ਮੋਟੇ ਜਾਦੇ ਹੋ ਗਏ ਨਾ ਦੁੱਧ ਚਾਹ ਪੀਂਦੇ ਦੁੱਧ ਕਿਹੜਾ ਕਰਦਾ ਚੱਲ ਨਹੀਂ ਹੋ ਸਕਦਾ ਉਹ ਤੇਰੀ ਜੇਬ ਚ ਕੀ ਹੈ ਦੁੱਧ ਤੇ ਚੰਗਾ ਮਾਮੀ ਹੈ ਮੰਮੀ ਆ ਭੁੱਲ ਦੀ ਤੇਰੀ ਜੇਬ ਚੈੱਕ ਕਰੀ ਕੀ ਇਹਦੀ ਜੇਬ ਚ ਭੁੱਲ ਦੀ ਤੇਰੀ ਜੇਬ ਚ ਮੈਨੂੰ ਵਖਾਣ ਬੜਾ ਮੌਕਾ ਜਾਂਦਾ ਵਾ ਜਣਾ ਤੇ ਗੱਲ ਕਰ ਬਾਕੀ ਪਤਾ ਨਹੀਂ ਬਾਪੂ ਨੇ ਤੇਰੀ ਕੀ ਡੀਲ ਹੋਈ ਹੈ ਜਿਹੜਾ ਤੂੰ ਰਹਿਣ ਨੂੰ ਫਿਰਨ ਡਿਆ ਇੱਥੇ ਕੁਝ ਨਹੀਂ ਆ ਜਗਾ ਇੱਥੇ ਕੁਛ ਨਹੀਂ ਹੈਗਾ ਸ਼ੇਰੇ ਨੇ ਵੀ 12 ਕੋਈ ਤੋਂ ਬਾਅਦ ਹੋਣਾ ਤੂੰ ਕਹਿੰਦਾ ਵੱਜੀ ਨਾ ਬਾਪੂ ਦਾ ਪਤਾ ਕੋਈ ਨਹੀਂ ਸੁਭਾਅ ਦਾ ਤੇ ਰੋੜੀ ਕਟਾਈ ਜਾਵੇ ਇਸੇ ਕੋ ਹੈ ਉਹਦਾ ਲੋਰ ਦਾ ਕੀ ਪਤਾ ਕਿਤੇ ਨੂੰ ਰਹਿਣਾ ਤੇ ਉਧਰ ਗੱਲ ਕਰ ਮੇਰੇ ਹੱਲ ਕੀ ਆ ਤੇਰੀ ਜੇਬ ਚ ਕੀ ਆ ਕੇ ਦੱਸਿਆ ਕਿਉਂ ਨਹੀਂ ਮੈਨੂੰ ਹੁਣ ਤਾਂ ਜੇਬ ਖਾਲੀ ਕਰਕੇ ਆਉਂਦਾ ਤੂੰ ਬਾਹਰ ਆ ਗਏ ਭਰੀ ਜੇਬ ਅੱਗੇ ਹੈ ਮੈਨੂੰ ਸੀਸੀ ਦਿਖਿਆ ਉੱਤੇ ਕੁਝ ਸੀਸੀ ਦਿਖੀ ਉਤਲੀ ਜੇ ਪਾਇਆ ਸੀਸੀ ਦਿਖਿਆ ਮੈਨੂੰ ਲਿਖਿਆ ਸੀਸੀ ਲਿਖਿਆ ਕੁਝ ਬਾਕੀ ਪੜ੍ਹਨ ਨਹੀਂ ਆਇਆ ਸੀਸੀ ਆ ਪਤਾ ਨੀ ਉੱਤੇ ਅੱਖਰ ਲਿਖੇ ਸੀ ਤੋਂ ਸ਼ੁਰੂ ਹੁੰਦਾ ਇਹ ਕੰਮ ਪਤਾ ਨੀ ਕੀ ਚੱਕਰ ਹੈ ਪੱਤੀ ਜੇਬ ਚ ਪਾਉਣੀ ਸੀ ਪੱਤੀ ਹੋਣੀ ਸਾਲਿਆ ਪੱਤੀ ਹੈ ਨਹੀਂ ਨਹੀਂ ਪੱਤੀ ਨੀ ਹੋਣੀ ਸਾਲਿਆ ਬੱਤੀ ਹੋਣੀ ਹੁਣ ਕਈ ਨਹੀਂ ਪਤਾ ਬੱਤੀ ਕਿਹਨੂੰ ਆਉਂਦੇ ਕੱਲੀ ਬੱਤੀ ਉਹੀ ਨਾ ਹੁਣ ਬੱਤੀ ਸੀ ਤੋਂ ਕਿਹੜੀ ਆਉਂਦੀ ਹੈ ਕਲਾਸਿਕ ਮੋਰ ਬੈਲੋ ਪਤਾ ਨੀ ਕਿਹੜੀ ਮਾਰ ਉਹਦੇ ਸਭ ਤੋਂ ਸਾਰੇ ਨਾ ਪਤਾ ਹੈ ਕੁਛ ਨੀ ਡੱਬੀਆਂ ਲਈ ਫਿਰਦੇ ਪੱਤੀਆਂ ਪੁੱਤੀਆਂ ਦੀਆਂ ਕਿਹਨਾਂ ਜੋ ਬ੍ਰੈਡ ਪੰਮੀ ਦੇ ਟੀਲੇ ਦੇ ਪਰਾਂ ਖਾ ਗਏ ਭੋਟੇ ਦਾ ਵੀ ਬੰਨੇ ਆਪਣੇ ਹੈ ਨੀ ਅਸਲ ਕਰਾਂਗੇ ਹੁਣ ਬਾਈ ਇਹ ਨਹੀਂ ਇਹ ਘਰ ਨਹੀਂ ਗੋਲਦੇ ਮਾੜਾ ਮੋਟਾ ਕਹਿੰਦੇ ਪਾ ਤੇ ਚੱਲ ਯਾਰ ਉਹਨਾਂ ਨੇ ਆ ਗਏ ਤੁਸੀਂ ਅੱਜ ਨਹੀਂ ਘਰੇ ਰਹਿਣਾ ਸੀ ਤੁਸੀਂ ਜੇ ਲੇਟ ਹੋ ਜਾਂਦੇ ਤੇ ਅੱਜ ਤੁਸੀਂ ਲੇਟ ਕਰਾਇਆ ਸਤਾਜੀ ਮੈਂ ਨਹੀਂ ਲੇਟ ਕਰਾਇਆ ਸਰਪੰਚ ਨੇ ਲੇਟ ਕਰਾਇਆ ਸਰਪੰਚ ਨੂੰ ਕਿਹਾ ਜਾਣਾ ਵਾ ਕਹਿੰਦਾ ਚੱਲਦੇ ਹਾਂ ਸਰਪੰਚ ਨਹੀਂ ਬਾਅਦ ਚੋਂ ਤਿਆਰ ਨਹੀਂ ਹੋਏ ਕਹਿੰਦੇ ਮੇਰਾ ਮੂਡ ਬਦਲ ਗਿਆ ਠੀਕ ਹੈ ਸਰਪੰਚ ਨੇ ਆਪਣਾ ਅੱਧਾ ਘੰਟਾ ਖਰਾਬ ਕੀਤਾ ਨਹਾਉਣ ਦੇ ਚੱਕਰ ਦੇ ਵਿੱਚ ਬਾਅਦ ਹੁਣ ਜੀ ਕਹਿੰਦਾ ਕਹਿੰਦਾ ਮੈਂ ਨਹੀਂ ਜਾਣਾ ਅਸੀਂ ਪਿੰਡ ਬਾਦਸ਼ਾਹੀ ਕਰ ਰਹੀ ਹਾਂ ਇਹਦੇ ਪੁੱਤਰ ਨੇ ਕੋਈ ਕਰ ਲਈ ਸਲਾਹ ਮਸ਼ਵਰਾ ਕੋਈ ਇਹਨਾਂ ਦਾ ਹੋ ਗਿਆ ਅਸੀਂ ਡੀਲ ਡਾਣੇ ਨਾਲ ਕਰ ਲਈ ਕੋਈ ਨਾ ਕੋਈ ਇਹਨਾਂ ਨੂੰ ਇਹ ਕਿ ਸਾਨੂੰ ਲੱਗਣਾ ਟਾਈਮ ਟਾਈਮ ਤਾਂ ਨਹੀਂ ਲੱਗਦਾ ਆਪਾਂ ਨੂੰ ਜੇ ਆਪਾਂ ਉਹਦੀ ਟਾਈਮ ਲਕਸ਼ੇ ਖਲੋ ਕੇ ਫਿਰ ਵਾ ਟਾਈਮ ਲੱਗ ਗਏ ਜੇ ਨਾ ਖਲੋਤੇ ਤੇ ਉਹ ਇਸ ਸਾਲ ਦੇ ਵਿੱਚ ਚੱਕਰ ਪਤਾ ਕੀ ਸਾਨੂੰ ਲੱਗੀ ਦੀ ਭੁੱਖ ਜਦੋਂ ਅਸੀਂ ਲੁਧਿਆਣਾ ਸਪਲੀਮੈਂਟ ਲੈ ਕੇ ਆਉਂਦੇ ਨਾ ਆਰਾਮ ਚੇਤੇ ਦਾ ਲਕਸ਼ੇ ਸਾਡਾ ਭਰਾ ਅਤੇ ਲਕਸ਼ੇ ਭਾਈ ਤੋਂ ਫਿਰ ਰੁਕਣਾ ਪੈਂਦਾ ਬਾਕੀ ਵੇਖ ਲਾ ਕੀ ਮਾਹੌਲ ਚੱਲ ਬਣਦਾ ਕਿਉਂਕਿ ਸਾਨੂੰ ਇਹ ਕਿ ਪਿੰਡ ਆ ਕੇ ਰੌਣਕ ਲਾਵਾਂਗੇ ਮਾਮੇ ਵਾਲੇ ਸ਼ੇਰੇ ਨੇ ਵੀ ਆ ਜਾਣਾ ਅਤੇ ਫਨ ਜਾਂ ਨਹੀਂ ਹੋਇਆ ਦੋ ਦਿਨ ਖੜਨਾ ਨਾਲੇ ਤੂੜੀ ਰਹਿ ਗਈ ਬਣਾਉਣ ਲਈ ਉਹਦੀ ਮੈਂ ਤੈਨੂੰ ਰਾਤੀ ਵੇਲੇ ਸਲਾਹ ਮਾਰੀ ਮੈਂ ਅੱਜ ਪਹਿਲਾਂ ਮੈਂ ਰਹਿੰਦਾ ਸੀ ਮੈਂ ਅੱਜ ਰਹਿੰਦੀ ਹੈ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਫਿਰ ਕੰਮ ਰਹਿੰਦਾ ਰਹਿੰਦਾ ਰਹਿ ਜਾਂਦਾ ਸਪਲੀਮੈਂਟ ਆਪਣਾ ਬਹੁਤ ਜ਼ਿਆਦਾ ਮੁੱਕਾ ਗਿਆ ਵੇ ਰਗੜਾ ਨਾ ਵਾਜੇ ਸਰੀਰ ਨੂੰ ਐਕਸਰਸਾਈਜ਼ ਲਾਉਣ ਨਾ ਜ਼ਿਆਦੀ ਮੁੰਡੇ ਐਕਸਰਸਾਈਜ਼ ਬੜੀ ਠੋਕ ਲੱਗਦੀ ਗੱਲ ਪਤਾ ਕੀ ਆ ਹੁਣ ਕੱਲ੍ਹ ਪਰਸੋਂ ਅਮਰ ਵੀ ਦੱਸਣ ਡਿਆ ਸੀ ਡੱਬਿਆਂ ਦੇ ਵਿੱਚ ਮਿਲਾਵਟ ਬੜੀ ਆਉਣ ਡਈ ਆ ਅਸੀਂ ਕਿਸੇ ਨੂੰ ਕਦੀ ਪ੍ਰੈਫਰ ਨਹੀਂ ਕਰਦੇ ਕਿੱਥੋਂ ਲਓ ਕਿੱਥੋਂ ਸਾਨੂੰ ਜਿੱਥੋਂ ਸਹੀ ਲੱਗਦਾ ਅਸੀਂ ਉੱਥੋਂ ਲੈਣ ਡੇ ਹਾਂ ਅਸੀਂ ਹੁਣ ਮੈਨੂੰ ਕਈ ਵੀਰ ਭਰਾ ਪੁੱਛਦੇ ਬਾਈ ਸਾਨੂੰ ਦੱਸ ਦਿਓ ਕਿੱਥੋਂ ਲੈਂਦੇ ਜੀ ਜਾਣ ਅਸੀਂ ਦੱਸ ਦਈਏ ਤਾਂ ਇੱਥੋਂ ਲੈ ਲੈ ਤੁਹਾਨੂੰ ਉਹ ਸੂਟ ਨਾ ਕਰੇ ਕੱਲ੍ਹ ਤੁਸੀਂ ਸਾਡੇ ਗੱਲ ਪਾਓ ਕਿ ਬਾਈ ਹੱਥ ਝੱਲੋਣੇ ਕਿਹਾ ਸੀ ਅਸੀਂ ਇਹ ਮਾਮਲੇ 'ਚ ਕਿਸੇ ਨੂੰ ਕੁਝ ਕਹਿੰਦੇ ਨਹੀਂ ਭਰਾਵਾ ਜਿੱਥੋਂ ਤੁਹਾਡਾ ਜੀ ਕਰਦਾ ਉੱਥੋਂ ਲਓ ਅਸੀਂ ਤਾਂ ਪਹਿਲਾਂ ਗੱਲ ਕਰੀਏ ਘਰੇਲੂ ਡਾਇਟ ਖਾਓ ਆਪਣੇ ਘਰ ਦੀ ਪਾਓ ਸਿੱਧੀ ਗੱਲ ਜੀ ਡੱਬੇ ਤਾਂ ਮਹਿੰਗੇ ਬੜੇ ਹੁੰਦੇ ਜੀ ਦੋਸਤਾਨ ਨੇ ਕੱਲ੍ਹ ਪਾਟਲ ਵਾ ਦੇ ਰੀਝ ਨਾ ਤੜਕੇ ਭਾਜੀ
ਭੱਜ ਕੇ ਨਾ ਚੱਲੀਏ ਸਤਾ ਘਰ ਤੱਕ, ਮੈਂ ਚੁੱਕ ਕੇ ਖੜਨਾ ਚੱਲਿਆ ਆ ਤਾਂ ਕੱਲ ਲਾਈ ਨਾ ਅੱਜ ਸ਼ਾਮਾਂ ਨੂੰ ਜਾਂ ਕੱਲ ਸਵੇਰੇ ਵੇਖਿਓ ਤੁਸੀਂ ਜਿੰਨੀਆਂ ਮੈਂ ਤੁਸੀਂ ਜਿਹੜੀ ਉਧਰ ਲਾਈ ਨਾ ਸਕੇਟ ਦਾ ਲਾਈ ਕਿ ਨਹੀਂ ਲਾਈ ਨਹੀਂ ਉਧਰ ਲਾਈ ਪਰ ਨਾ ਜਿਹੜੀ ਕੱਲ ਸਕੇਟ ਲਾਈ ਨਾ ਸੀ ਮੈਂ ਤਾਂ ਬੰਦੇ ਨੇ ਕੱਲ ਉਸਤਾਦ ਜੀ ਭੈਣ ਜੋ ਮੁੜ ਨਹੀਂ ਕੱਲ ਮੈਂ ਵਾਵਾ ਵਜਣਾ ਜਾਣਾ ਉਹ ਚੀਜ਼ ਕਰਕੇ ਵੇਖਣੇ ਨੇਟ ਤੇ ਵੀਡੀਓ ਵੇਖੀ ਕਹਿੰਦੇ ਪ੍ਰੋਪਰ 500 ਦਾ 1000 ਦਾ 1500 2000 ਦਾ ਤੇਲ ਹੀ ਹੋਣਾ ਚਾਹੀਦਾ ਪਹਿਲਾਂ ਜੇ ਹਾਲੇ ਪੰਪ ਤੋਂ ਫੋਨ ਲੱਗੇ ਤਾਂ ਇਹਨੂੰ ਕਿਹਾ 2200 ਕਿੰਨੇ ਦਾ ਕਿਹਾ 2220 ਦਾ ਕਿ 2240 ਇਹਨੂੰ ਕਿਹਾ ਉਹ ਕਹਿੰਦਾ ਪਹਿਲਾਂ 5 ਲੀਟਰ ਪਊ ਫਿਰ ਬਾਕੀ ਪਊਗਾ ਮੈਂ ਰਹਿਣ ਦੇ ਚੱਲ ਤੂੰ ਹੈਨਾ ਹੁਣ ਇੱਥੇ ਆਏ ਤਾਂ ਇੱਥੇ ਆ ਕੇ ਕਿਹਾ 3333 ਦਾ ਪਹਿਲਾਂ ਬੰਦੇ ਨੂੰ ਕਹਿਣਾ ਨਾ ਵੇ ਕਹਿੰਦਾ 4 3 ਪਾ ਕੇ ਤੇਲ ਪਾ ਦੇ ਸਹੀ ਗੱਲ ਹੈ ਲੈ ਵੀ ਮੈਂ ਤੇਰਾ ਬੰਦੇ ਕਹਿੰਦੇ ਭੂਖ ਲੱਗੀ ਹੈ ਤੇ ਭੂਖ ਜਦੋਂ ਸਾਨੂੰ ਲੱਗੀ ਹੋਵੇ ਜਾਂਦੇ ਜਾਂਦਾ ਸਾਡਾ ਪੱਕਾ ਟਿਕਾਣਾ ਇਹੀ ਆ ਇੱਥੋਂ ਕਾਫੀ ਮਿਲ ਜਾਂਦੀ ਖਾਣ ਪੀਣ ਦਾ ਸਾਰਾ ਜਗਾੜ ਬਣੀ ਤੇ ਬਾਕੀ ਇੱਕ ਦਿਨ ਦੇ ਵੀਡੀਓ ਵੀ ਨਿਕਲ ਜਾਂਦੀ ਮੇਰੇ ਵੀਡੀਓ ਲੋਕੇਸ਼ਨ ਸੋਹਣੀ ਹੈਗੀ ਆ ਕਾਹਨੂੰ ਗੱਲਾਂ ਕਰਾ ਦਿੰਦੇ ਮੁੰਡੇ ਇੱਥੇ ਕਿ ਦੇਖ ਲਓ ਕਿ ਅਤੇ ਚਲੋ ਫਿਰ ਮਿੱਤਰੋ ਕੋਸ਼ਿਸ਼ ਕਰੋ ਉਤਰਨ ਦੀ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਨਹੀਂ ਜਿਹਨੇ ਕੁਛ ਨਹੀਂ ਖਾਧਾ ਨੇ ਤੇ ਕੋਈ ਖਾਣਾ ਨਹੀਂ ਤੈਨੂੰ ਪਤਾ ਹੀ ਆ ਇਹ ਡਾਇਟਿੰਗ 'ਤੇ ਘਟਾਉਣ ਡਿਆ ਵੇਟ ਘਟਾਉਣ ਡਿਆ ਨਾ ਆੜੇ ਆਪਾਂ ਜਗਾੜ ਜਿਹਾ ਕਰਾਇਆ ਸਿਰਫ ਮੈਨੂੰ ਅੱਧਾ ਭੁੱਲ ਲਈ ਜਾਈਏ ਕੋਈ ਬਾਕੀ ਤੁਸੀਂ ਦੋਵੇਂ ਜਾਣੋ ਕ੍ਰਿਸਪਰ ਕ੍ਰਿਸਪਰਸ ਦੇ ਵਿੱਚ ਮੈਨੂੰ ਸਿਰਫ ਅੱਧਾ ਹੀ ਆਇਆ ਵਾ ਕ੍ਰਿਸਪਰ ਉਹ ਵੀ ਭੁੱਲ ਭੁਲੇਖੇ ਦੇ ਪਿਆਰ ਹੈਗਾ ਵਿੱਚ ਧਿਆਨ ਨਹੀਂ ਪਿਆ ਪੀਓ ਬਾਬੂ ਆਪਾਂ ਕਿਸੇ ਗੱਲ 'ਚ ਨਹੀਂ ਹੈਗੇ ਤੇ ਛੱਡ ਦੇਣਾ ਇੱਥੇ ਰਹੋ ਮੇਰੇ ਨੂੰ ਸਾਰਾ ਕਾਫੀ ਪੀਂਦੇ ਕੋਈ ਚੱਕਰ ਨਹੀਂ ਤੇਰਾ ਲੇੜਾ ਮਾਰ ਲਈਆਂ ਯਾਰ ਤੇ ਹੁਣ ਨਹੀਂ ਉਹ ਲਈ ਦੇ ਲੁਧਿਆਣੇ ਤੱਕ ਤੇ ਹਜੇ ਵੀ ਇਹਨਾਂ ਨੂੰ ਭੁੱਖ ਲੱਗ ਜਾਏ ਫਿਰ ਮਾੜੀ ਗੱਲ ਆ ਇਹਨਾਂ ਨੇ ਤੇ ਕਾਫੀ ਦਾ ਵੀ ਮਾਰ ਲਿਆ ਸ਼ੋਟ ਸ਼ੋਟ ਪੀਤਾ ਕਾਫੀ ਪੀਤੀ ਜੀ ਕਾਫੀ ਕੀ ਸ਼ੋਟ ਜੋ ਵੀ ਆ ਤੁਸੀਂ ਬਸ ਹੁਣ ਜੇ ਤੁਹਾਡੀ ਇੱਕ ਤਾਂ ਸੌਣ ਦੀ ਕੋਸ਼ਿਸ਼ ਕੀਤੀ ਤੇ ਵੇਖਿਓ ਪੂਥੇ ਕਿੱਦਾਂ ਵੱਜਦੀ ਖਾ ਕੇ ਪੀ ਕੇ ਤੇ ਪੰਜ ਮਿੰਟ ਘਰ ਜੇ ਮਾਰਨਗੇ ਆਉਣ ਗਏ ਯਾਰ ਹੋਣੀ ਘਰੇ ਤੇ ਇਹਨਾਂ ਨੇ ਸੋਚਣਾ ਬਲੋਗ ਵਾਲਿਆਂ ਨੇ ਕਿ ਬਈ ਲੁਧਿਆਣੇ ਗਏ ਤੇ ਵਾਪਸੀ ਦਾ ਕੋਈ ਸ਼ੋਟ ਨਹੀਂ ਜਾਣ ਲੁਧਿਆਣੇ ਉਹੀ ਸਾਰਾ ਆਪਣਾ ਸਮਾਨ ਲੈ ਕੇ ਸਪਲੀਮੈਂਟ ਦਾ ਅਸੀਂ ਗੱਡੀ 'ਚ ਬਹਿ ਗਏ ਪੂਰੇ 2 ਘੰਟੇ ਗੱਡੀ ਅਸੀਂ ਇੱਥੇ ਲਾ ਦਿੱਤੀ 2 ਘੰਟੇ 'ਚ ਵੀ ਹਜੇ 10 ਮਿੰਟ ਪੂਰੇ ਪਏ ਮੰਨੇ 2:12 ਇਹਦੇ 12:34 'ਤੇ ਆਪਾਂ ਤੁਰੇ ਇੱਥੋਂ 24 'ਤੇ ਤੁਰੇ ਕਿਹੜੀ ਆ ਗਈ ਆ ਇਹ ਮਾਮਾ ਆ ਗਿਆ ਮਾਮਾ ਪਰਾਂ ਕਰ ਬਈ ਵੇ ਇਹ ਲਾਲ ਲਾਈਟ ਦੇ ਮਾਮਾ ਆਇਆ ਸਿਰਾ ਨਹੀਂ ਆਇਆ ਸਿਰਾ ਉਹ ਗੱਡੀ 'ਤੇ ਪਊ ਉਹ ਗੱਡੀ 'ਤੇ ਲੱਤ ਨਹੀਂ ਖੜੇ ਲਾਉਂਦਾ ਐਕਟਿਵ ਤਾਂ ਨਹੀਂ ਆਉਂਦਾ ਸ਼ੇਰਾ ਹੁਣ ਕਿੱਥੇ ਇਹੋ ਐਕਟਿਵ ਦਿੱਲੀ ਤੱਕ ਘੁੰਮਦੀ ਹੁੰਦੀ ਸੀ ਲੈ ਵੀ ਮਾਮੇ ਵਾਲੇ ਸ਼ਰੀਰ ਤੁਹਾਨੂੰ ਗੱਲ ਦੱਸਦਾ ਉਹ ਐਕਟਿਵ ਲੱਗੀ ਨਾ ਜਿਹੜੀ ਲਾਲ ਐਕਟਿਵ ਆ ਇਹ ਹੈਗੀ ਆ ਸ਼ੇਰੇ ਦੀ ਚੰਡੀਗੜ੍ਹ ਵੀ ਇੱਥੇ ਜਾਂਦਾ ਰਿਹਾ ਬੰਦਾ ਅਤੇ ਦਿੱਲੀ ਤੱਕ ਵੀ ਮੈਂ ਨਾ ਕਾਹਨੂੰ ਗੱਲਾਂ ਕਰਾ ਛੱਡੀਆਂ ਬੰਦੇ ਨੇ ਹੈ ਉਹ ਬਾਪੂ ਦਾ ਤਾਂ ਗੱਡੀ ਕੱਢਣੀ ਆ ਮੈਂ ਮਾਸਾ ਇਹਨੂੰ ਕਰਦੀ ਯਾਰ ਮੰਨੇ ਤੂੰ ਜਾ ਕੰਮ ਕਰ ਤੈਨੂੰ ਆਖਿਆ ਜੋ ਮਿੰਟੋ ਮਿੰਟੀ ਭੁੱਖ ਬਹੁਤ ਜ਼ਿਆਦਾ ਲੱਗੀ ਉਹ ਸਾਲਾ ਇੱਦਾਂ ਹੀ ਫੜਿਆ ਜਾਂਦਾ ਹੁਣ ਲੈ ਮੈਂ ਤੇਰਾ ਕੰਮ ਡਾਈ ਟੂ ਡਾਈਟ ਹੀ ਹੋ ਜਾਂਦਾ ਜੀ ਆਉਂਦੇ ਪਹਿਲਾਂ ਸਲਾਦ ਸਰਪੰਚ ਨਹੀਂ ਲੇ ਆਂਡੇ ਨਾ ਰੋਟੀ ਨਾਲ ਗੱਲ ਨਾ ਪਾ ਜੇ ਰੋਟੀ ਖਾ ਲਈ ਤੂੰ ਕਹਿੰਦਾ ਖਾਣਾ ਮੰਨੇ ਪੜਥਾ ਕੀ ਬਣਿਆ ਬਤਾਊ ਇਹ ਕਿੱਥੋਂ ਲੈ ਕੇ ਆਇਆ ਮਾਮਾ ਕੋਈ ਨਹੀਂ ਭਰਾ ਟੈਸਟ ਕਰ ਲਾਂਗੇ ਅੰਦਰ ਲੈ ਵੀ ਮਿੱਤਰਾ ਜਿਹੜਾ ਲੂੜਾ ਮਾਰ ਲਈਆਂ ਯਾਰ ਹੋਣਾ ਨੇ
ਤੇ ਹੁਣ ਘਰੀ ਰੈਸਟ ਕਰੀਏ ਘਰੀ ਹੈ, ਦਿਨ ਬੜੇ ਲੰਮੇ ਹੋ ਗਏ ਆ ਤੇ ਲੰਘਦਾ ਨਹੀਂ ਤਾਂ ਅੱਜ ਕੋਈ ਕੰਮ ਕਰਨ ਵੀ ਨਹੀਂ ਹੈਗਾ, ਤਾਂ ਅਸੀਂ ਟਾਈਮ ਸਿਰ ਆ ਗਏ ਉੱਥੋਂ, ਅੱਜ ਉੱਦਾਂ ਅਸੀਂ ਟਾਈਮ ਲਾਉਣਾ ਘੜੀ, ਰੁਕਣਾ ਸੀ ਜਲੰਧਰ ਰੁਕੇ ਨਹੀਂ ਅਸੀਂ, ਕਿਹਾ ਚੱਲ ਘਰ ਚੱਲਦੇ ਹਾਂ ਟਾਈਮ ਸਿਰ, ਮੂੜ ਨਹੀਂ ਨਾ ਗੱਲ ਕਦੀ ਮੂੜ ਦੀ ਹੁੰਦੀ ਹੈ, ਅਤੇ ਉੱਠ ਕੇ ਫਿਰ ਚੱਲਦੇ ਹਾਂ ਕਿਵੇਂ ਜੰਮ ਨੂੰ, ਹੁਣ ਅਜਰ ਨੂੰ ਬੰਦੇ ਸਾਰੇ ਇਕੱਠੇ ਹੋ ਜਾਣੇ, ਲੈ ਵੀ ਮਿੱਤਰਾ 3-3.5 ਘੰਟੇ ਨੀਂਦ ਪੂਰੀ ਕੀਤੀ ਯਾਰ, ਉਹਨਾਂ ਮੈਂ ਨਾ ਕੱਲ੍ਹ ਨੂੰ ਗੱਲਾਂ ਤੈਨੂੰ ਤਰੀਕਾ ਦੱਸਦਾ ਹੈਗਾ, ਜਿੱਦਾਂ ਮੈਂ ਜੋ ਸੌਂਦਾ ਨਾ ਪਤਾ ਨਹੀਂ ਤੁਹਾਨੂੰ ਚੰਗਾ ਲੱਗੇ ਕਿ ਨਾ ਚੰਗਾ ਲੱਗੇ, ਪਰ ਮੈਂ ਰਾਤ ਨੂੰ ਜਦੋਂ ਸੋਣਾ ਵਾ ਜਾਂ ਹੁਣ ਦੁਪਹਿਰੇ ਸੁੱਤਾ ਨਾ, ਮੈਂ ਸਿਰਾਣੇ ਤੋਂ ਥੋੜ੍ਹੀ ਜਿਹੀ ਦੂਰ ਨਾ ਸ਼ਬਦ ਲਾ ਕੇ ਫੋਨ ਰੱਖ ਦਿੰਦਾ, ਜਿਹੜੀ ਮੱਠੀ ਮੱਠੀ ਕੰਨਾਂ ਦੇ ਵਿੱਚ ਆਵਾਜ਼ ਨਾ ਸ਼ਬਦ ਦੀ ਗੁਰਬਾਣੀ ਦੀ ਆਉਂਦੀ ਰਹੇ, ਕਰਕੇ ਵੇਖਿਓ ਧਰਮ ਨਾ ਇੰਨੀ ਸੋਹਣੀ ਨੀਂਦ ਆਉਂਦੀ ਹੈ ਨਾ ਮੈਂ ਨਾ ਕਿ ਕੱਲ੍ਹ ਨੂੰ ਗੱਲਾਂ ਹੀ ਹੋ ਜਾਂਦੀਆਂ, ਹੁਣ ਮੈਨੂੰ ਤਾਂ ਕਦੀ ਡਰ ਡੁਰ ਆਇਆ ਨਹੀਂ ਵੈਸੇ ਰਾਤ ਨੂੰ, ਪਰ ਕਈਆਂ ਨੂੰ ਇਹ ਪ੍ਰੋਬਲਮ ਬੜੀ ਹੁੰਦੀ ਕਿ ਰਾਤ ਨੂੰ ਡਰ ਆਉਂਦਾ ਵਾ, ਅਤੇ ਉਹ ਬੰਦੇ ਕੰਮ ਜ਼ਰੂਰ ਕਰਿਓ, ਅਤੇ ਮੈਨੂੰ ਘੱਟੋ ਘੱਟ ਵੀ 2-3 ਸਾਲ ਹੋ ਗਏ ਇੱਦਾਂ ਕਰਦੇ ਨੂੰ, ਮੈਂ ਚੰਡੀਗੜ੍ਹ ਰਹਿੰਦਾ ਹੁੰਦਾ ਸੀ ਉਦੋਂ ਮੁਹਾਲੀ ਫਲੈਟ ਦੇ ਵਿੱਚ, ਅਤੇ ਮੈਂ ਇਕੱਲਾ ਰਹਿੰਦਾ ਹੁੰਦਾ ਸੀ, ਮੇਰੇ ਨਾਲ ਦੇ ਬੰਦੇ ਨੂੰ ਫਲੈਟ 'ਚ ਰਹਿੰਦੇ ਹੁੰਦੇ ਸੀ ਆਉਂਦੇ ਹੁੰਦੇ, ਇਹਨਾਂ ਕਹਿਣਾ ਸਾਨੂੰ ਡਰ ਆਉਂਦਾ ਯਾਰ ਇੱਥੇ, ਮੈਂ ਕਹਿੰਦਾ ਯਾਰ ਮੈਨੂੰ ਤਾਂ ਇੱਦਾਂ ਦਾ ਕੋਈ ਚੱਕਰ ਕਦੇ ਦਿਖਿਆ ਨਹੀਂ, ਅਤੇ ਇਹਨਾਂ ਨਾਲ ਇੱਕ ਦੋ ਹੈਪਨ ਹੋਏ ਵੀ ਸਾਡੇ ਬੰਦਿਆਂ ਨਾਲ ਵਿੱਚ ਵਿੱਚ ਨਾ, ਸਾਰੇ ਬੰਦਿਆਂ ਨਾਲ ਹੋਏ ਆ ਤਕਰੀਬਨ, ਅਤੇ ਤੁਹਾਡੇ ਭਰਾ ਨਾਲ ਨਹੀਂ ਹੋਇਆ ਤਾਂ ਨਾ ਹੀ ਰੱਬ ਕਰਾਵੇ ਇਹੋ ਜਿਹੀ ਚੀਜ਼ ਹੈ ਨਾ, ਅਤੇ ਉਦੋਂ ਦੀ ਮੇਰੀ ਉੱਥੇ ਆਦਤ ਪਈ ਸੀ ਮੈਨੂੰ ਹੈ ਨਾ, ਮੈਂ ਇਕੱਲਾ ਆਉਣਾ ਅਤੇ ਮੈਂ ਉਦੋਂ ਕਥਾ ਸੁਣਦੇ ਰਹਿਣਾ, ਉਹ ਸੁਣਦੇ ਸੁਣਦੇ ਨੀਂਦ ਆ ਜਾਣੀ, ਅਤੇ ਰਾਤ ਨੂੰ ਜਦੋਂ ਮੱਠੀ ਮੱਠੀ ਆਵਾਜ਼ ਕੰਨਾਂ 'ਚ ਪੈਣੀ ਤਾਂ ਬੜਾ ਵਧੀਆ ਲੱਗਣਾ, ਉਦੋਂ ਦੀ ਮੇਰੀ ਆਦਤ ਪਈ, ਹੁਣ ਵੀ ਇੱਥੇ ਕਈ ਰਾਂ ਸ਼ੇਰੇ ਹੋਣੀ ਆ ਮਾਮੇ ਵਾਲੇ ਜਾਂ ਦੂਜੇ ਮਾਂ ਵੀ ਹੋਣੀ ਸਾਰੇ, ਅਤੇ ਇਹ ਮੇਰੇ ਲੱਗ ਕੇ ਰਾਂ ਸੁਣਦੇ ਨੇ ਕਿ ਤੁਸੀਂ ਸ਼ਬਦ ਲਾ ਕੇ ਸੋਣਾ ਅਤੇ ਸਾਨੂੰ ਨੀਂਦ ਨਹੀਂ ਆਉਂਦੀ ਹੈ ਨਾ, ਕਿਉਂਕਿ ਆਵਾਜ਼ ਕੇ ਮੈਂ ਉੱਚੀ ਕਰ ਲੈਂਦਾ ਕਈ ਰਾਂ ਹੈ ਨਾ, ਅਤੇ ਉਹ ਹਰ ਇੱਕ ਬੰਦੇ ਦੀ ਆਪੋ ਆਪਣੀ ਆਦਤ ਹੁੰਦੀ ਹੈ, ਅਤੇ ਪਰ ਹੁਣ ਇਹਨਾਂ ਦੀ ਆਦਤ ਪੈ ਗਈ ਮੇਰੇ ਨਾਲ ਹੀ, ਕਿਉਂਕਿ ਕਮਰੇ ਸਾਡੇ ਕੋਲ ਘਰੇ ਇੱਥੇ ਹੈ ਨਹੀਂ ਪੈਣ ਵਾਲੇ ਹੈ ਨਾ, ਸੌਣ ਵਾਲੇ 2 ਹੀ ਕਮਰੇ ਆ, ਅਤੇ ਫਿਰ ਇਹਨਾਂ ਨੂੰ ਮੇਰੇ ਲਾਗੇ ਸੋਣਾ ਪੈਂਦਾ, ਅਤੇ ਹੁਣ ਇਹਨਾਂ ਨੂੰ ਆਦਤ ਪੈ ਗਈ, ਅਤੇ ਹੁਣ ਇਹਨਾਂ ਨੇ ਸਪੀਕਰ ਮੇਰੇ ਤੋਂ ਪਹਿਲਾਂ ਲਿਆ ਕੇ ਰੱਖਿਆ ਹੁੰਦਾ ਸ਼ਬਦ ਲਾਉਣ ਨੂੰ, ਲੈ ਵੀ ਪੈਂਥਰ ਹੁਣ ਨਿਕਲ ਆਈ ਸੈਰ 'ਤੇ, ਕੋਕੀ ਅਵਤ ਆ ਜਾ ਇੱਧਰ ਆ, ਐ ਪੈਂਥਰੂ ਕਿੱਦਾਂ ਹਰ ਖੋਣੀ ਤੇ ਵੜ ਗਏ ਘਰੇ, ਇਹ ਦਾਲ ਮਾਰ ਕੇ ਨਿਕਲੇ ਤੇ ਜਾਂਦੇ ਨੇ, ਇਹਦੇ ਬਾਅਦ ਸਾਹਮਣੇ ਖਲੋਤਾ ਤਾਂ ਕੰਮ ਖਰਾਬ ਹੋ ਗਿਆ, ਹੈਂ ਇਹ ਤਾਂ ਦਾਲ ਸਾਡਾ ਵੱਜਾ ਹੀ ਨਹੀਂ, ਹੈਂ ਕੀ ਕਹਿੰਦਾ, ਮੈਂ ਵੀ ਮਿੱਤਰਾ ਬੰਦੇ ਮੈਂ ਕਰਾਂ ਇਕੱਠੇ, ਬੰਦੇ ਮੇਰੇ ਕੁਝ ਨਹੀਂ ਕਰਦੇ, ਮੈਂ ਧੱਕੇ ਨਾਲ ਕੰਮ ਕਰਾਲਾਂ ਧੱਕੇ ਨਾਲ ਕੁਛ ਕਰਾਲਾਂ, ਆਪ ਇਹਨਾਂ ਦਾ ਕੁਝ ਕਰਨ ਜੀ ਨਹੀਂ ਕਰਦਾ, ਹੈਂ ਪ੍ਰਧਾਨ ਮੈਂ ਦਾ ਮਾਰਕ ਨਹੀਂ ਲੈ ਕਦੇ, ਮੈਂ ਦਾ ਮਾਰਕ ਨਹੀਂ ਲੈ ਕਦੇ, ਡਾਕਟਰ ਸੱਦਣਾ ਸੀ ਹੁਣ ਤਾਂ ਪੈ ਗਿਆ ਫਰਕ, ਬਾਵਾ ਵੈਸੇ ਫਰਕ ਪੈ ਗਿਆ ਹੁੰਦੇ ਅੱਗੇ ਜਖਮ ਬੜਾ ਜ਼ਿਆਦਾ ਸੀ, ਹੁਣ ਤਾਂ ਪੈ ਗਿਆ ਫਰਕ, ਆਹੋ ਜਿਮ ਚੱਲੇ ਸੀ, ਕਿਹੜੀ ਮੇਰੀ ਐਕਸਰਸਾਈਜ਼ ਹੈਗੀ ਆ ਜੀ ਚੈਸਟ ਦੀ, ਚੈਸਟ ਸ਼ੋਲਡਰ ਵੱਡਾ ਕਰਨਾ, ਗੁਰੂ ਆ ਤਕੜੇ ਹੋ ਜਾਓ, ਤੁਹਾਨੂੰ ਦੱਸਾਂ ਮੈਂ 30,000 ਦਾ ਆ ਸਮਾਨ ਦੋਵਾਂ ਹਫ਼ਤਿਆਂ, 30,000 ਦਾ ਮੈਂ ਰਾਜ ਗੱਡੀ ਡੱਗੀ, ਮੈਨੂੰ ਗੁੱਸਾ ਆਈ ਕਿ 30,000 ਦਾ ਸਮਾਨ ਦੋ ਹਫ਼ਤਿਆਂ ਦਾ ਸਮਾਨ, ਇਹਨਾਂ ਰੋਟੀ ਨੀ ਮੈਨੂੰ ਪੁੱਛੀ ਯਾਰ ਅੱਜ ਦੇ, ਪਤਾ ਕੀ ਹੈ ਦੱਸਦਾ ਮੈਂ ਗੱਲ ਕੀ ਹੋਈ, ਸਪਲੀਮੈਂਟ ਦਾ ਸਮਾਨ ਲੈਣ ਗਏ ਤੇ ਤੂੰ ਵੀ ਪਿੱਛੇ ਹੀ ਆ, ਸਾਰੇ ਬੰਦਿਆਂ ਦਾ ਮੈਂ ਨਾ ਬੋਲੇ ਨੀ,
ਦੱਸਿਆ ਨਹੀਂ ਯਾਰ ਕੀ ਨਹੀਂ ਦੱਸਿਆ ਇਹ ਤੇ ਤੈਨੂੰ ਦੱਸਣਾ ਗੱਡੀ ਨਹੀਂ ਤੇਜ਼ ਆਈ ਯਾਰ ਸਾਈਡ ਤੇ ਦੋਵੇਂ ਬ੍ਰੇਕਾਂ ਹੀ ਮਾਰਦੇ ਰਹੇ ਆ ਐ ਲੱਤਾਂ ਲੱਗੀਆਂ ਸਿੱਧੀ ਕਿਦਾਂ ਜਿਹੜੀ ਉੱਤਲਾ ਪਈ ਨਾਲ ਹੈ ਕਮੈਨ ਵਾਲੀ ਓ ਨਾ ਓ ਇਹਨੇ ਕੀ ਕੀਤਾ ਬੋਸ ਹਾਂ ਉਹ ਜਾਣੀ ਵਾਲਾ ਮੋੜ ਨਹੀਂ ਆ ਉਹਨਾਂ ਕੰਪਾਨ ਬਾਬਾ ਅੱਧੀ ਵਿਚਕਾਰ ਡੱਕੂ ਨਹੀਂ ਤੇ 80 ਦੇ ਥਾਰ ਜਾਣ ਦੀ ਹਾਂ ਔਰ ਆਉਣ ਦੀ ਇੱਕ ਹਿਸਾਬ ਦੀ 80 ਦੇ ਥਾਰ ਜਾਣ ਦੀ ਫੁੱਲ ਨੱਪੀ ਹੁਣ ਵਲੌਗ ਚੱਲਣ ਮੈਂ ਫੜਿਆ ਉਸ ਤੋਂ ਆਇਆ ਤਾਂ ਮੈਂ ਸਾਲਿਆ ਚੰਗੇ ਹੋਣੇ ਚਾਹੇ ਮੇਰਾ ਮੂੰਹ ਮੈਂ ਨਾਲ ਸਮਝਦੇ ਆ ਕਿ ਵੀਰ ਹੁੰਦੇ ਚਲ ਪਿਆਣਾ ਵੀ ਸਾਡੀ ਚੀਜ਼ ਵੱਡੀ ਆ ਸ਼ਾਇਦ ਗੱਡੀ ਵਾਲਾ ਖਿਲਾਰ ਲੂਗਾ ਜਦੋਂ ਗੱਡੀ ਸਿੱਧੀ ਆਉਣ ਦੀ ਤੇਰਾ ਰਾਹ ਵੱਖਰਾ ਤੂੰ ਵੇਖ ਕੇ ਚਾਰ ਰੋਡ ਤੇ ਉਹ ਇਦਾਂ ਕਰਦੇ ਤੋ ਆਪਣਾ ਬਚਾ ਕਰੋ ਉਹ ਮੈਂ ਚੰਗੇ ਹੋਣੇ ਨਿਕਾ ਲਈ ਮੇਰਾ ਮੂੰਹ ਨਿਕਲ ਜਾਣਾ ਸੀ ਸ਼ੇਰਾ ਦੇਖ ਨਹੀਂ ਲਿਆ ਮੈਂ ਸ਼ੇਰਾ ਕਿੱਥੇ ਲੱਗਿਆ ਵਾ ਸ਼ੇਰਾ ਆਹੋ ਯਾਰ ਬਣਿਆ ਸਮਾਨ ਤੇ ਕਿੰਨੇ ਡੱਬੇ ਇੱਕ ਮੇਰਾ ਡੱਬਾ ਇੱਕ ਮਹਾਂਵੀਰ ਦਾ ਮੰਨੇ ਦਾ ਆਪਣੇ ਜੱਜੀ ਦਾ ਤੇ ਵਿੱਚ ਪ੍ਰੀ ਵਰਕਆਊਟ ਸੀ ਦੋ ਡੱਬੇ ਹਨਾ ਮੇਰਾ ਥੋੜਾ ਜਿਹਾ ਵੱਖਰਾ ਪ੍ਰੀ ਵਰਕਆਊਟ ਇਹਨਾਂ ਤਿੰਨਾਂ ਦਾ ਵੱਖਰਾ ਤੇ ਭਰਾਵਾ ਇੱਥੇ ਬਿੱਲ ਬੁੱਲ ਬਣਿਆ ਤੇ ਚੱਲ ਮੈਂ ਗੂਗਲ ਪੇ ਕਰਤੇ ਵੀ ਮੇਰੇ ਮੂੰਹ ਵਾਲੇ ਵੇਖਣਗੇ ਬਿੱਲ ਬੜਾ ਬਣ ਗਿਆ ਉੱਦਾਂ ਮੈਂ ਜਲੰਧਰ ਰੁਕਣਾ ਸੀ ਮੈਂ ਬਹੁਤ ਗੱਡੀ 'ਚ ਪੂਰੇ ਦੋਵਾਂ ਗੇੜਾ ਗੱਡੀ ਪਿੰਡ ਲਾਈ ਮੈਂ ਇਹ ਵੀ ਰਾਜ ਨਹੀਂ ਬੋਲਿਆ ਕਿ ਹੋ ਕੀ ਗਿਆ ਅੱਜ ਹੋਣਾ ਕੀ ਗੁਰੂ 30,000 ਰੁਪਇਆ ਐਡਾ ਮਿੰਟ 'ਚ ਗਿਆ ਅਤੇ ਦੋਸਤ ਨਹੀਂ ਕੱਢਣੇ ਤੁਸੀਂ ਉਹਦੇ ਨਾਲ ਹਾਂ ਭਾਈ 30,000 ਉੱਥੇ ਤਾਂ 5,000 ਆ ਤੇਲ ਪਤਾ ਨਹੀਂ ਤੇਲ ਤੇਲ ਬੜਾ ਘੱਟ ਖਾਦਾ ਗੱਡੀ ਨੇ ਡਰਾਈਵਰ ਨੇ ਮਿੱਤਰੋ ਐਵਰੇਜ ਚੰਗੀ ਦੇਗੀ ਅੱਜ ਮਾਰ ਦੇਣਾ ਖੋਲ੍ਹ ਦਿੰਦੇ ਹਾਂ ਜੀਰਾ ਕਰ ਲਾ ਸਰ 3,000 ਦੇ ਖਾਦਾ ਲੈਣੇ ਤਾਂ ਚਲੀ ਜੀ ਹਾਂ ਸੱਚੀ 3,000 ਖਾਦਾ ਮੈਂ 2,000 ਦੱਸ ਖਾ ਜਾਂਦੀ ਹੈ ਮੈਂ ਦੱਸਣਿਆ 3,000 ਖਾਦਾ ਬਹੁਤ ਸੋਹਣੀ ਅਜਿਹੀ ਗੱਡੀ ਮੈਂ ਹਾਂ ਭਾਈ ਗੱਡੀ ਨੂੰ ਤਾਂ ਟਾਈਮ ਨਹੀਂ ਹੈਗਾ ਧੋਣ ਦਾ ਵੀਰ ਗੱਡੀ ਦਾ ਤੇ ਡਿਊਟੀ ਬੜੀ ਪੈਣ ਦੀ ਕੁੜੀ ਤੂੜੀਆ ਰੀਪਰ ਉਹ ਕੁੜੀ ਆ ਕੱਛਾ ਵੀ ਉਹ ਹੀ ਨਹੀਂ ਸੱਚੀ ਤੇਰਾ ਵੀ ਮੰਨੇ ਉਹ ਹੀ ਆ ਸਾਲੇ ਆ ਮੈਂ ਫਿਰ ਵੀ ਚੇਂਜ ਕਰਕੇ ਪਾ ਲੈਣਾ ਸਪੀਕਰ ਵੀ ਕੈਪਰੀ ਦੀਆਂ ਪਾਈ ਜਾਂਦਾ ਆਪਣੇ ਡੈਕ ਹੈ ਨਾ ਗੱਡੀ ਮੋਰੀ ਨੀ ਹਵਾ ਨਿਕਲਣੀ ਬੇਸ ਵਾਲੀਆਂ ਉਹ ਜਿਹੜੀ ਪਰਨਾ ਬੰਨ ਕੇ ਨਾ ਹਵਾ ਵਜਣੀ ਉਹਦੀ ਹਿਲਣੀਆਂ ਹੀ ਆ ਉਹ ਤੇ ਲਿਖਿਆ ਸਟੋਰੀ ਪਾ ਕੇ ਬੇਸ ਸ਼ੇਰਿਆ ਨਿਕਲ ਲਾ ਦੇ ਸਾਲੇ ਇਹ ਧਾਗੇ ਨਿਕਲ ਆਉਣੇ ਸੀ ਮੈਨੂੰ ਵੀ ਲਾ ਦੇ ਸਾਲੇ ਨੰਬਰ ਮੇਰੇ ਚੱਲੇ ਸਾਲੇ ਪਰ ਕੇ ਐਂ ਹੁੰਦੀ ਰੋਜ਼ ਕਦੀ ਪੈਂਟ ਹੁੰਦੀ ਤਾਂ ਨਹੀਂ ਮੈਂ ਵੀ ਅੱਜ ਹੀ ਪਈ ਫ੍ਰੀ ਹੋਇਆ ਆਪਾਂ ਚੱਲ ਮੱਲਾ ਕੱਪੜਾ ਇੱਕੋ ਪਾਉਣਾ ਹੁੰਦਾ ਵਾ ਚੱਲ ਮੈਂ ਵੀ ਪਾਉਂਦ ਰਿਹਾ ਵਾ ਨਾ ਉੱਡੀ ਮੈਂ ਵੀ ਬੜਾ ਪਸਿਆਲ ਕਸਾਈ ਹੈ ਪਰ ਮੈਂ ਧੋ ਕੇ ਪਾਉਣਾ ਨਹੀਂ ਧੋਦਾ ਵੀ ਨਹੀਂ ਓ ਗੁਰੂਆ ਇੰਨੇ ਵੀ ਸਾਰਾ ਹਾਂ ਪਤਾ ਕਦੋਂ ਪਹਿਲਾਂ ਤੁਹਾਨੂੰ ਦੱਸ ਜਦੋਂ ਮੈਸੇਜ ਉਹਨਾਂ ਦੇ ਵੀਰ ਉਹਨਾਂ ਦੇ ਕਮੈਂਟਾਂ 'ਚ ਵੀਰ ਜੀ ਹੁੱਡੀ ਦੀ ਰਹਿਮ ਕਰੋ ਫਿਰ ਸਰਪੰਚ ਨੂੰ ਕਹਿਣਾ ਕਿ ਹੁੱਡੀ ਲਾ ਹੈ ਨਹੀਂ ਨਹੀਂ ਥੱਲੇ ਕੋਣ ਆਉਣਾ ਮੈਂ ਅੱਜ ਤੇ ਗੁਰੂਆ ਤੂੰ ਅੱਜ ਤੇ ਪਤਾ ਨਹੀਂ ਸ਼ੇਰੇ ਆਉਂਦੇ ਹੋ ਗਈ ਸਾਲੇ ਅੱਜ ਤੇ ਨਾ ਨਾ ਮੇਰੀ ਗੱਲ ਸੁਣ ਬੇਇੱਜ਼ਤੀ ਉਹਦੀ ਉਹ ਮਹਿਸੂਸ ਕਰੇ ਕਿ ਜਿਹੜਾ ਚਰਾਬਾ ਤੂੰ ਰਹਿੰਦਾ ਤੇਰਾ ਤਾਂ ਆਪਣਾ ਘਰ ਆ ਹੈਂ ਮੇਰੀ ਗੱਲ ਸੁਣ ਓਏ ਸ਼ੇਰੇ ਰਿਸ਼ਤੇਦਾਰ ਵਾਲੀ ਗੱਲ ਹੈਗੀ ਕੋਈ ਹੁਣੇ ਤੂੰ ਅੰਦਰ ਜਾਣਾ ਉਹਨਾਂ ਦੇ ਪਲੇਟ ਫੜਨੀ ਦੇ ਨਾਲ ਕਰਦ ਫੜਨੀ ਦੇ ਨਾਲੇ ਵੇਖੀ ਕਿੱਦਾਂ ਫਰੂਟ ਕਿੱਦਾਂ ਕੱਟਿਆ ਜਾਂਦਾ ਹੈਗੀ ਉਹ ਬਗਾਨੇ ਵਾਲੀ ਗੱਲ ਵੀ ਦੱਸ ਮੈਨੂੰ ਸ਼ਰਮ ਵਾਕਿਆ ਨਹੀਂ ਖਾਂਦਾ ਮਾਸਾ ਨਹੀਂ ਭੋਰਾ ਕਿੱਲੀ ਵੀ ਨਹੀਂ ਹੈਗੀ ਸਾਲੀ ਥੱਲੇ ਡੇਪੀ ਸ਼ਰਮ ਤੂੰ ਖਾਂਦਾ ਵਾ ਹਾਂ ਪਰ ਹਾਡੀ ਖਾਣਾ ਸਵਾਦ ਨਹੀਂ ਖਾਂਦਾ
ਚਲੀ ਜਿੰਮ ਲਾਈ ਯਾਰ ਮੇਰੀ ਗੱਲ ਸੁਣ ਸਾਲਿਆ ਇਹ ਚੱਲੇ ਡਬਈ ਦਾ ਆਪਾਂ ਦੋਵੇਂ ਇੱਥੇ ਹੀ ਆ ਨਹੀਂ ਨਹੀਂ ਆਪਾਂ ਇੱਥੇ ਰਹਿੰਦੇ ਆ ਆਪ ਬਾਹਰ ਚੱਲਾਂ ਸ਼ਰੇ ਬਾਹਰ ਚੱਲਾਂਗੇ ਨਾ ਯਾਰ ਇੱਥੇ ਹੀ ਨਹੀਂ ਉਹ ਤੇਰੇ ਦਾ ਲੀਵਰ ਚ ਪ੍ਰੋਬਲਮ ਸਾਰੇ ਕੋਈ ਖਾਬ ਕੇ ਤੈਨੂੰ ਇਹਨਾਂ ਕਿਤੇ ਘੁੰਮਣ ਜਾਣਾ ਨਾ ਦੁਬਈ ਦੁਬਈ ਤੱਕ ਮਹੀਨੇ ਪਹਿਲਾਂ ਇਹਨੇ ਤਿਆਰੀ ਕਰਨੀ ਸ਼ੁਰੂ ਕਰਨੀ ਹੈ ਕਦੀ ਕਿਸੇ ਡਾਕਟਰ ਕੋਲ ਬਿੱਲ ਬਣਾ ਕੇ ਕਿਸੇ ਡਾਕਟਰ ਕੋਲ ਬਿੱਲ ਬਣਾ ਕੁੜੀ ਜਾਂ ਦਵਾਈਆਂ ਨਹੀਂ ਕਰਨੀਆਂ ਨਾ ਓਏ 10 ਦਿਨ ਪਹਿਲਾਂ ਤਿਆਰੀ ਇਹਨਾਂ ਨੂੰ ਸ਼ੁਰੂ ਕਰਤੀ ਸੀ ਗੋਲੀਆਂ ਮੰਗਦੇ ਛੱਡਣ ਵਾਲੀਆਂ ਆਏ ਭਾਜੀ ਦੇ ਦਵਾਈ ਕੋਈ ਜਿਹਨੇ ਛੱਡੀ ਜਾਵੇ 10 ਦਿਨ ਪਹਿਲਾਂ ਦਵਾਈ ਜਾਂਦੀ ਪਰ ਚਲੀ ਯਾਰ ਇੱਥੇ ਗੱਲਾਂ ਪਤਾ ਆਪਣੇ ਮੁਕੜੇ ਆ ਕੇ ਫੰਕਸ਼ਨ ਕਰਦੇ ਆ ਸ਼ੇਰਾ ਵੇਖਣਾ ਕੁੰਡਾ ਕਦੋਂ ਖੁੱਲੇ ਤੇ ਮੈਂ ਕਦੋਂ ਸੋਈ ਜਾਵਾਂ ਚੱਲ ਖੋਲ ਚੱਲ 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 ਮੈਂ ਵੀ ਤੁਹਾਨੂੰ ਅੱਜ ਬੰਦਾ ਲਾਈਵ ਵਿਖਾ ਦੇਣਾ ਆਪਾਂ ਆਉਂਦਿਆਂ ਪਹਿਲਾਂ ਗੇੜਾ ਰਸੋਈ ਚ ਹੁੰਦਾ ਪਤਾ ਬੂਹਾ ਮਾਰਦੀ ਬੰਦ ਗੱਡੀ ਇੱਥੇ ਰਹਿੰਦੀ ਹੈ ਗੱਡੀ ਆਪਾਂ ਚੱਲਦੇ ਜਿੰਮ ਚੱਲਦੇ ਚੱਲ ਵੇਖੋ ਲੈ ਇਹ ਇਹ ਕਿਸੇ ਨੂੰ ਨਹੀਂ ਮਿਲਣਾ ਕਿਸੇ ਨੂੰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਿੱਧਾ ਆਪਾਂ ਤੂੰ ਵੀ ਆ ਜਾ ਨਾਲ ਚੱਲ ਰਸੋਈ ਦੇ ਵਿੱਚ ਬਹਾਨਾ ਮੇਰਾ ਲਾ ਦੇਣਾ ਵੀ ਮੈਂ ਲੈਣਾ ਆਇਆ ਹਾਂ ਹਾਂ ਬੜਾ ਹਸਤਾ ਮੇਰ ਲਾ ਬੋਲੂ ਨਹੀਂ ਕੀ ਇਹ ਇਹ ਪਰ ਕਿਹਨੇ ਮਾਰਤਾ ਬੰਦਾ ਅੰਦਰ ਵੀ ਇੱਕ ਗੰਗੂ ਨਹੀਂ ਬੈਠਾ ਉਹ ਮੈਂ ਆਖਣਾ ਬੋ ਬਸ ਮੈਂ ਨਾ ਓਏ ਕੁੰਡਾ ਚੱਲ ਬੱਤ ਬਾਹਰ ਇਹਨੂੰ ਆਂਦੇ ਕਰਮਾ ਦੀ ਕਰਦੇ ਮੈਂ ਨਾ ਓਏ ਕੁੰਡਾ ਨੂੰ ਖਿਲਾਣਾ ਹਾਂ ਘਰ ਚ ਕੋਈ ਹੈ ਨਹੀਂ ਨਾ ਤੂੰ ਪਹਿਲਾਂ ਹੀ ਆ ਤੇ ਹੁਣ ਕੁੰਡਾ ਵੱਜਿਆ ਤੂੰ ਦੇਖੇ ਨਹੀਂ ਨਹੀਂ ਆਉਣਾ ਨਹੀਂ ਪਲਾਸੀ ਰੱਖਣ ਅੰਦਰ ਹੋਗਾ ਥੋੜਾ ਜਿਹਾ ਨਾ ਫੁੱਟੀ ਪੈਰ ਹੋਗਾ ਗਰਦ ਦੱਸ ਉਹਨੂੰ ਕੁੰਡਾ ਵੱਜਿਆ ਇਹਨੇ ਮਾਰਿਆ ਸੀ ਬਾਪੂ ਮਰ ਗਿਆ ਬਾਹਰ ਅੱਜ ਮਾਤਾ ਮਰ ਗਈ ਸ਼ਰੇ ਪਰਲੀ ਫਰਿੱਜ ਫਰੂਟ ਵਾਲੀ ਮੈਂ ਫਰੂਟ ਵਾਲੀ ਕੇਲੇ ਬਾਹਰ ਕਮਰੇ ਪਏ ਨਾ ਕੇਲੇ ਚਿਹਰੇ ਓਏ ਕੇਲੇ ਮੈਂ ਨੀ ਖਾਣਾ ਕੇਲੇ ਬਾਹਰ ਕਮਰੇ ਪਏ ਬਾਹਰ ਉਹ ਸਰਪੰਚ ਨੂੰ ਲਿਆਏ ਉੱਥੇ ਰੱਖੇ ਕਿਤੇ ਨਹੀਂ ਨਹੀਂ ਤਾਜ਼ਾ ਹੀ ਆ ਆ ਚੱਲੀ ਬਾਹਰ ਆ ਗਿਆ ਆਹੋ ਚੱਲੀਏ ਜਾਂਦੇ ਖਾਣੇ ਜਿਮ ਚ ਵੀ ਮਿੱਤਰਾ ਪਾ ਤੇ ਚਾਲੇ ਯਾਰ ਹੋਣਾ ਨੇ ਜਿਮ ਨੂੰ ਅੱਜ ਜਿਮ ਹੋ ਗਏ ਲੇਟ ਕੱਲ੍ਹ ਪਰ ਐਤਵਾਰ ਸੋਮਵਾਰ ਤੋਂ ਸ਼ਡਿਊਲ ਆਪਣਾ ਫਿਰ ਮੈਨੇ ਸਹੀ ਹੋ ਜਾਣਾ ਹਨਾ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਕਮੈਂਟ ਕਰ ਲਿਆ ਵੀਰ ਸ਼ੇਰੇ ਵਰਗਾ ਸੀ ਕੋਈ ਅਸੀਂ ਵੀਰ ਇੰਨੇ ਫੁੱਦੂ ਨਹੀਂ ਹੈਗੇ ਅਸੀਂ ਰੋਡ 'ਤੇ ਗੱਡੀ ਚੜ੍ਹ ਕੇ ਵੇਖੀ ਦਾ ਪਹਿਲਾਂ ਆਸਾ ਬੱਸ ਆ ਗਿਆ ਕੋਈ ਬੰਦਾ ਤਾਂ ਨਹੀਂ ਆਉਣ ਡਿਆ ਅਸੀਂ ਕਿਸੇ ਨੂੰ ਨੁਕਸਾਨ ਕਰਨ 'ਚ ਬਿਲਕੁਲ ਰਾਜ਼ੀ ਨਹੀਂ ਹੈਗਾ ਸਾਡਾ ਆਪਣਾ ਹੋ ਜੂ ਕੋਈ ਗੱਲ ਨਹੀਂ ਹਾਂ
ਤੇ ਗੱਲ ਇੱਦਾਂ ਕਿ ਮੈਨੂੰ ਕਹਿੰਦਾ ਵੀਰ ਤੁਸੀਂ ਸਕੈਟ ਜਿਹੜੀ ਆ ਗਲਤ ਲਾਉਣ ਦੇ, ਪੂਰਾ ਠਾਹ ਨਹੀਂ ਬੈਠੀ ਦਾ। ਉਹ ਵੀਰ ਨੂੰ ਮੈਂ ਦੱਸਣਾ ਚਾਹੁੰਦਾ, ਜਾਣ ਮੇਰੀ ਜਿੰਮ 'ਚ ਤਾਂ ਆਓ, ਜੇ ਨਾਲੇ ਜਿੰਮ 'ਚ ਆਓ ਸਾਡੇ ਨਾਲ ਲਾਓ, ਤਾਂ ਤੁਹਾਨੂੰ ਪਤਾ ਲੱਗੇ ਫੋਰਮ ਹੁੰਦੀ ਐਕਸਰਸਾਈਜ਼ ਦੀ, ਵੱਖੋ ਵੱਖਰੀ ਫੋਰਮ ਹੁੰਦੀ। ਇਹ ਹੁਣ ਬਾਈਸੈਪ ਲਾਉਣ ਦੇ ਬੜੇ ਤਰੀਕੇ ਹੁੰਦੇ ਆ, ਹੈਨਾ, ਆਪਣੇ ਬਸ ਇਹ ਪੱਟਾਂ ਜਾਣ ਪੈਣੀ ਚਾਹੀਦੀ ਆ, ਹੈਨਾ। ਇਸ ਕਰਕੇ ਮੇਰੀ ਜਾਨ ਤੁਸੀਂ ਵਰਕਆਊਟ ਲਾਓ, ਜੇ ਨਹੀਂ ਲਾਉਣਾ ਹੈ ਉਹ ਹਾਫ ਹਾਫ ਸਕੈਟ ਹੁੰਦੀ ਨਾ ਸਰਪੰਚਾ, ਸਕੈਟ 'ਚ ਵੀ ਦੋ ਤਿੰਨ ਚੀਜ਼ਾਂ ਦੀ ਹਾਫ ਸਕੈਟ ਹੁੰਦੀ ਆ, ਜਦੋਂ ਜ਼ਿਆਦਾ ਭਾਰਾ ਵੇਟ ਚੁੱਕਦੇ ਹਾਫ ਸਕੈਟ ਲਾਉਂਦੇ ਆ। ਜਦੋਂ ਅਸੀਂ ਵਾਲੀਬਾਲ ਦੀ ਗੇਮ ਕਰਦੇ ਹੁੰਦੇ ਸੀ ਨਾ, ਉੱਥੇ ਜਿਹੜਾ ਸਾਡੇ ਕੋਚ ਸਾਹਿਬ ਹੁੰਦੇ ਸੀ, ਉਹਨੂੰ ਫੁੱਲ ਸਕੈਟ ਨਹੀਂ ਲਾਉਂਦੇ ਹੁੰਦੇ, ਉਹ ਕਹਿੰਦੇ ਹਾਫ ਲਾਓ। ਅਤੇ ਫੁੱਲ ਸਕੈਟ ਨਾਲ ਇਹ ਹੁੰਦਾ ਕਿ ਸਾਰਾ ਥੱਲੇ ਆਪਾਂ ਬਹਿ ਕੇ ਸਾਰਾ ਉੱਠਣਾ, ਪ੍ਰੋਪਰ ਸਾਰੇ ਪੱਟ 'ਤੇ ਜ਼ੋਰ ਪੈਂਦਾ, ਥੱਲੇ ਖੁੱਚਾਂ ਤੱਕ ਜ਼ੋਰ ਪੈਂਦਾ ਕੁੜੀ ਦਾ, ਥੱਲੇ ਬਹਿ ਕੇ ਉੱਤੇ ਭੈਣ 'ਚ ਕੁਇੰਟਲ ਡੇਢ ਕੁਇੰਟਲ ਰੇਟ ਹੋਣਾ, ਉੱਠਣਾ ਕਿਹੜਾ ਸੌਖਾ ਪਿਆ, ਮੰਨੇ ਕਹਿੰਦਾ ਤਿੰਨ ਸੌ ਕੁਇੰਟਲ ਪੂਰਾ ਸੀ ਮੇਰੇ ਹਿਸਾਬ ਨਾਲ, ਹੈਨਾ। ਅਜੇ ਇਹ ਕਿ ਘੱਟ ਆਪਾਂ ਲਾਉਣ ਡੇ ਹਾਂ, ਪਿਛਲੀ ਜਦੋਂ ਗਰਮੀ ਹੈ ਉਦੋਂ ਆਪਾਂ 1-20-25-30 ਦੇ ਲਾਗੇ ਪੈਂਦੇ ਲਾ ਜਾਂਦੇ ਫੁੱਲ ਸਕੈਟ। ਤੁਹਾਨੂੰ ਦੱਸਣ ਡਿਆ ਮੇਰੇ ਕੋਲ ਵੀਡੀਓ ਪਈ ਹੋਣੀ ਆ, ਪਰ ਉਹ ਲੱਗੇ ਪ੍ਰੋਪਰ। ਹੁਣ ਮੰਨ ਲਾ ਆਪਾਂ ਧੱਕੇ ਨਾ ਪਿੱਛੇ, ਮੰਨ ਲਾ ਮੈਂ ਖਿਲਾਰ ਦਿੰਦਾ ਬੰਦੇ ਨੂੰ ਕਿ ਯਾਰ ਹੈਲਪ ਦੇ ਕੇ, ਹੈਲਪ ਦੇ ਕੇ ਤਾਂ ਭਾਵੇਂ 1-40 ਲਾ ਦੇ, ਆਪਣੇ ਸਰੀਰ ਦੇ ਵਿੱਚ ਕਿੰਨੀ ਆਪਣੇ ਜਾਪ 'ਚ ਕਿੰਨੀ ਪਾਵਰ ਆ ਉਹ ਲਾਉਣੀ ਚਾਹੀਦੀ ਆ। ਹੈਲਪ ਦੇ ਕੇ ਮੈਂ ਨਹੀਂ, ਮੈਂ ਇਹ ਚੀਜ਼ ਨੂੰ ਮੰਨਦਾ ਨਹੀਂ, ਕਦੀ ਵੇਖਿਆ ਮੈਂ ਹੈਲਪ ਦੇ ਕੇ ਅਰਸੇ ਲਾਈ ਹੋਵੇ, ਜੇ ਤੁਹਾਨੂੰ ਕਦੀ ਕਿਹਾ ਕਿ ਹੈਲਪ ਦੇ ਕੇ ਲਵਾਉਂਦਾ, ਹੈਲਪ ਦੇ ਕੇ ਲਾਉਣ ਦਾ ਫਾਇਦਾ ਕੋਈ ਨਹੀਂ ਹੈ। ਮੈਂ ਦੱਸਣ ਲਿਆ ਕਿ ਆਪਣੇ ਜਿੰਨੀ ਸ਼ਮਤਾ ਹੈਗੀ ਨਾ ਉਨੀ ਲਾਵੇ, ਹੈਲਪ ਵਾਲਾ ਕੰਮ ਨਾ ਕਰੇ ਬੰਦਾ, ਹੈਲਪ ਵਾਲਾ ਕੰਮ ਕਰਦੇ ਨਾ ਆਪਾਂ ਅਤੇ ਕੰਮ ਕੱਚਾ ਜਿਹਾ ਰਹਿ ਜਾਂਦਾ। ਆਪਣੀ ਪਾਵਰ ਦਾ ਬੰਦੇ ਨੂੰ ਪਤਾ ਨਹੀਂ ਲੱਗਦਾ, ਅਤੇ ਉਹ ਪਿੱਛੇ ਭੁੱਲਰ ਆਉਣ ਡਿਆ ਭਲਾ, ਨਹੀਂ ਮੋਟਰਸਾਈਕਲ ਦੇ ਪਿਛਲੇ ਪਾਸੇ ਗੱਡੀ ਵੀ ਹੈਗੀ ਵੇਖ ਭਲਾ ਧਿਆਨ। ਅੱਛਾ, ਇੱਕ ਮੋਟਰਸਾਈਕਲ 2 ਲਾਈਟਾਂ ਲੱਗੀਆਂ ਅਤੇ ਇੱਕ ਇਕੱਲੇ ਨੂੰ, ਫਿਰ ਠੀਕ ਹੈ, ਬੰਦੇ ਵੇਖ ਲਓ ਨਾ ਕਿਤੇ ਇਹਨਾਂ ਸ਼ੇਰ ਵਾਲੀ ਗੱਡੀ ਵੇਖ ਕੇ ਬੰਦੇ ਪਿੱਛੇ ਲੱਗ ਗਏ ਹੋਣੇ, ਅਤੇ ਪਿੱਛੇ ਕਿਤੇ ਲੱਗੇ ਇੱਕ ਦਿਨ ਹੈ, ਲੱਗੇ ਸੀ ਨਾ, ਮਾਂ ਵੀ ਕਿੱਥੇ ਗਏ, ਮਾਂ ਵੀਰ ਅਤੇ ਪੁੱਲਰ ਦੋਵੇਂ ਗਏ ਕਿ ਬਾਕੀ ਸਾਰੇ ਗਏ ਗਏ, ਮੰਨਾ ਚਲ ਗਿਆ, ਇਹਨਾਂ ਦੀ ਭੈਣ ਨੂੰ ਲੱਗ ਗਿਆ ਜੇ ਮੈਨੂੰ ਤਾਂ ਵੇਖ ਲਾ ਤੂੰ ਨਹੀਂ ਯਾਰ। ਅੱਜ ਭਲਾ ਕਿੰਨੇ ਦਾ ਸਮਾਨ ਆਇਆ ਸਾਰਿਆਂ ਦਾ, 30,000 ਦਾ, 2 ਹਫ਼ਤਿਆਂ ਦਾ ਸਮਾਨ ਹੀ ਸਰ, ਮਤਲਬ ਕਿ ਡੱਬੇ ਨਾਲ ਮਹਾਂ ਜਾਂ 15 ਦਿਨ ਕੱਢਦੇ ਆ, ਅਤੇ ਮੇਰਾ ਡੱਬਾ ਆਇਆ ਮਹਾਂਵੀਰ ਦਾ, ਜੱਜੀ ਦਾ ਵੱਖਰਾ, ਮੰਨੇ ਦਾ ਵੱਖਰਾ, ਅਤੇ 2 ਡੱਬੇ ਪ੍ਰੀ ਵਰਕਆਊਟ ਦੇ, 30,000 ਕੁਛ ਦੇ ਬਣੇ ਜੀ ਲਾਲਾ ਸਾਹਿਬ। ਅਤੇ ਬੰਦੇ ਜਿੰਮ 'ਚ ਨਹੀਂ ਮੂੰਹ ਨਹੀਂ ਕਰਨ ਡੇ, ਤਾਂ ਆਹ ਲਾਸਟ ਟਾਈਮ ਹੋਊਗਾ, ਇਹ ਤੋਂ ਬਾਅਦ ਮੈਂ ਨਹੀਂ ਉਹਨਾਂ ਨੂੰ ਕੋਈ ਚੀਜ਼ ਲੱਗ ਦੇਣੀ, ਜੇ ਮਿੱਤਰੋ ਇਤਨੇ ਕਰਨ ਤੋਂ ਬਾਅਦ ਹੀ ਬੰਦੇ ਸਾਡੇ ਨਾਲ ਸਰੀਰ ਬਣਾ ਸਕੇ, ਫਿਰ ਮਾੜੀ ਗੱਲ। ਮੈਂ ਵੀ ਮਿੱਤਰਾ ਵਰਕਆਊਟ ਹੋ ਗਿਆ ਜੀ, ਓਕੇ ਰਿਪੋਰਟ, ਚਲੋ ਚੱਲੀਏ। ਇਹ ਗਏ ਕਿੱਥੇ ਤੁਸੀਂ, 10 ਦਿਨ ਤਾਂ ਨਹੀਂ ਪਤਾ ਘਰੇ ਆਉਣਾ, ਇੱਥੇ 15 ਕਿੱਦਾਂ ਆਉਂਦੇ, ਸਿਖਾਇਆ ਇਹਨੂੰ ਮੈਂ ਕੈਮਰਾ 'ਚ, ਮੈਂ ਖੁੱਲ੍ਹ ਜਾਣਾ ਮੋਢੇ 'ਤੇ ਥਾਂ ਨਹੀਂ ਚਾਹੀਦੇ, ਇੱਦਾਂ ਨਹੀਂ, ਅੱਜ ਦੇ ਮੋਢੇ ਤਾਂ ਹੀ ਰਹਿਣੇ ਆ ਅਸੀਂ ਅੱਜ, ਫਿਰ ਅੱਜ ਦੋਹਰਾ ਕਿਹੜਾ ਵੱਜ ਗਿਆ, ਫਰੂਟ ਹੁਣ ਇੱਥੋਂ ਪਿੰਡੋਂ ਵੀ ਖਾਧਾ, ਹੁਣ ਰਾਜ ਫਿਰ ਖਾਏ ਅਤੇ ਭੁੱਲਰ। ਪਰ ਇਹ ਗੱਲ ਹੈਗੀ, ਦੋਵਾਂ ਨੇ ਪਹਿਲਾਂ ਸਲਾਹਾਂ ਕੀਤੀਆਂ ਹੋਣੀਆਂ ਜ਼ਿੰਦਗੀ ਦੀਆਂ, ਮੇਰੀ ਜ਼ਿੰਦਗੀ 'ਚ ਆਹ ਹੋ ਗਿਆ, ਤਾਂ ਉਹ ਕਹਿੰਦਾ ਮੇਰੀ ਜ਼ਿੰਦਗੀ 'ਚ ਆਹ ਹੋ ਗਿਆ, ਸ਼ੇਰੇ ਨਹੀਂ ਸਲਾਹ ਨਹੀਂ, ਸ਼ੇਰੇ ਦੁੱਖ ਖੋਲੇ ਭੁੱਲਰ ਨੇ, ਕੋਈ ਗੱਲ ਨਹੀਂ, ਉਹਨੇ ਖੋਲੇ ਚੱਲੀਏ ਆਪਾਂ, ਗੱਡੀ ਕੰਮ ਖਰਾਬ ਹੋ ਜਾਣਾ ਹੀ ਆ।
ਚਿੱਟੀਆਂ ਗੱਡੀਆਂ ਕਿਉਂ ਰੱਖੀਆਂ ਵਾ ਚਿੱਟੀ ਗੱਡੀ ਸ਼ੱਕ ਨੀ ਪੈਂਦਾ ਚਲੋ ਚੱਲੀ ਯਾਰ ਸਰ ਮੋੜ ਗੱਡੀ ਕਿ ਚਲਾਵਾਂ ਮੈਂ ਜਾ ਚਲਾਵਾਂ ਸਿਆਣੇ ਇੱਥੇ ਐਵੇਂ ਕਿਤੇ ਚਪੇੜਾ ਮਰਾਂਗੇ ਰਾਤ ਨੂੰ ਉੱਧਰ ਮੱਝ ਲੈ ਵੀ ਸ਼ੇਰ ਨੂੰ ਘੇਰ ਲਿਆ ਕਿਸੇ ਦਿਨ ਬਲ ਗਿਆ ਸ਼ੇਰਾ ਉੱਧਰ ਕਹਿੰਦੇ ਨਾ ਰਾਤ ਬਰਾਤੇ ਨਹੀਂ ਜਾਣਾ ਚਾਹੀਦਾ ਇਹ ਰਾਤ ਜਾਣ ਡਿਆ ਅਤੇ ਤਾਂ ਹੀ ਕਹਿੰਦੇ ਟਾਇਰ ਟੱਪਾ ਬੰਦੇ ਦੀ ਗੱਡੀ ਦਾ ਨਵਾਂ ਚਾਹੀਦਾ ਆਪਣੇ ਇਹਨੇ ਭਜਾਈ ਟਾਇਰ ਪੜ ਗਿਆ ਤਾਂ ਕਰਕੇ ਕਹਿੰਦਾ ਪਹਿਲੀ ਗੱਲ ਰਾਤ ਕਦੇ ਜਾਣਾ ਨਹੀਂ ਚਾਹੀਦਾ ਅਤੇ ਜਾਣਾ ਤਾਂ ਟਾਇਰ ਅਤੇ ਬ੍ਰੇਕਾਂ ਨਵੀਆਂ ਚਾਹੀਦੀਆਂ ਅਤੇ ਉੱਥੋਂ ਭਾਈ ਆਪਣਾ ਸੇਫਟੀ ਦੀ ਸੰਦ ਭਾਂਡਾ ਜ਼ਰੂਰ ਚੋਰ ਚਾਹੀਦਾ ਹੈਂ ਆਪਣੀ ਸੇਫਟੀ ਜ਼ਰੂਰੀ ਆ ਬਾਅਦ 'ਚ ਜੇ ਕਹਿਣਾ ਯਾਰ ਰੱਬ ਨੇ ਚੰਗੀ ਨਹੀਂ ਕੀਤੀ ਰੱਬ ਇਹਦੇ ਨਹੀਂ ਕਹਿੰਦਾ ਲਸੰਸ ਨਾ ਬਣਾਓ ਅਤੇ ਆਪਣੀ ਸੇਫਟੀ ਦੀ ਆਪਣੇ ਕੋਲ ਵੈਪਨ ਨਾ ਰੱਖੋ ਚਲੀਏ ਘਰ ਨੂੰ ਅੱਜ ਤਾਂ ਸ਼ੇਰ ਇੱਦਾਂ ਦਿਨ ਲੰਘ ਗਿਆ ਗੁਰਾ ਸੁੱਤਿਆਂ ਸੱਤਿਆਂ ਹੀ ਹੁਣ ਜਦੋਂ ਤੁਸੀਂ ਗਏ ਨਹੀਂ ਬਾਜ਼ਾਰ ਤੁਹਾਡੀਆਂ ਗੱਲਾਂ ਚੱਲਣ ਡੀਆਂ ਗੱਲਾਂ ਇਹ ਚੱਲਣ ਡੀਆਂ ਮੈਂ ਇਹ ਆਪਣੇ ਦੁੱਖ ਸੁੱਖ ਫੋਲਣ ਦੇ ਦੁੱਖ ਸੁੱਖ ਫੋਲਣ ਲਈ ਗੱਲ ਤਾਂ ਮੈਨੂੰ ਇੱਕ ਗੱਲ ਚੇਤੇ ਆ ਗਈ ਚੱਲ ਮੈਂ ਵੀ ਇੱਕ ਟਾਈਮ ਹੀ ਹੈ ਨਾ ਬੰਦਾ ਜਦੋਂ ਦੁਖੀ ਹੁੰਦਾ ਬੰਦਾ ਕਿਸੇ ਨਾ ਕਿਸੇ ਨਾਲ ਫੋਲਦਾ ਪਰ ਮੇਰੇ ਹਿਸਾਬ ਨਾਲ ਕਿਸੇ ਨਾਲ ਦੁੱਖ ਫੋਲਣ ਦਾ ਫਾਇਦਾ ਕੋਈ ਨਹੀਂ ਕਿਸੇ ਨਾਲ ਫੋਲਣ ਦਾ ਫਾਇਦਾ ਨਹੀਂ ਹੁਣ ਵੀ ਆ ਮੇਰੇ ਨਾਲ ਦੇ ਬੰਦੇ ਨਾ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮੇਰੀ ਜ਼ਿੰਦਗੀ 'ਚ ਕੀ ਚੱਲਣ ਡਿਆ ਜਦੋਂ ਉਹ ਕੰਮ ਹੋ ਜਾਂਦਾ ਜਦੋਂ ਨਿਬੜ ਜਾਂਦਾ ਫਿਰ ਉਹਨਾਂ ਪਹਿਲਾਂ ਦੱਸਿਆ ਵੀ ਕੰਮ ਹੋਇਆ ਮਤਲਬ ਕਿ ਕੋਈ ਹਮਦਰਦੀ ਨਹੀਂ ਇੱਥੇ ਹਮਦਰਦੀ ਸਿਰਫ ਟਾਈਮ ਦੇ ਟਾਈਮ ਆ ਜਿੱਦਾਂ ਮਤਲਬ ਹੁਣ ਤੂੰ ਕਿਸੇ ਨੂੰ ਕੋਈ ਗੱਲ ਦੱਸੀ ਆ ਉਸ ਟਾਈਮ 'ਤੇ ਤੇਰੇ 5-10 ਮਿੰਟ ਦੀ ਤੇਰਾ ਹਮਦਰਦੀ ਬਣ ਜੂਗਾ ਬਾਅਦ 'ਚ ਉਹ ਬੰਦਾ ਜਦੋਂ ਮਤਲਬ ਤੂੰ ਉਹ ਚੀਜ਼ 'ਚੋਂ ਬਾਹਰ ਨਿਕਲ ਗਿਆ ਉਸੇ ਚੀਜ਼ ਦਾ ਤੇਰਾ ਮਜ਼ਾਕ ਬਣਨਾ ਜੇ ਤੂੰ ਮਤਲਬ ਸਹੀ ਹੋ ਗਿਆ ਜਾਂ ਕੁਛ ਵੀ ਆ ਉਹ ਬਾਅਦ ਚੀਜ਼ ਦਾ ਤੇਰਾ ਮਜ਼ਾਕ ਬਣਨਾ ਬਾਅਦ 'ਚ ਭਾਵੇਂ ਉਹ ਹਾਸੇ ਬਣੇ ਜੇ ਬਣੇ ਉਹ ਵੀ ਚੀਜ਼ ਕਿਉਂ ਹੋਣ ਦੇਣੀ ਆ ਜਦੋਂ ਵੀ ਮਤਲਬ ਹੁਣ ਮੇਰੇ ਨਾਲ ਪਿੱਛੇ ਜੇ ਇੱਕ ਦੋ ਕੰਮ ਹੋਏ ਸੀ ਆਈਡੀ ਹੈ ਨਾ ਉਹ ਵੀ ਚੀਜ਼ ਜਦੋਂ ਹੋਈ ਸੀ ਤਾਂ ਮੈਂ ਕਿਤੇ ਨਹੀਂ ਗਿਆ ਨਾ ਮੈਂ ਕਿਸੇ ਨੂੰ ਦੱਸਿਆ ਸੀ ਹਾਂ ਉੱਦਾਂ ਸਹਿ ਸੁਭਾ ਕਿਸੇ ਨੂੰ ਪਤਾ ਲੱਗ ਜੇ ਕੋਈ ਪੁੱਛ ਲਏ ਤਾਂ ਉਹ ਵੀ ਦੱਸ ਦੇਈਦਾ ਉਹ ਵੀ ਤਾਂ ਪਤਾ ਲੱਗਦਾ ਜਦੋਂ ਮਤਲਬ ਆਪਾਂ ਕਿਤੇ ਠਾਣੇ ਕਚਹਿਰੀ ਜਾਂਦੇ ਅਗਲਾ ਪੁੱਛਦਾ ਇੱਥੇ ਕਰਨ ਡਿਆ ਅਤੇ ਉਹ ਵੀ ਮੈਂ ਜਦੋਂ ਗੁਰਦਾਸ ਜਾਂ ਅਰਦਾਸ ਬੇਨਤੀ ਕੀਤੀ ਮਾਲਕ ਨੇ ਕਿ ਸੱਚਾ ਪਾਤਸ਼ਾਹ ਕਿਸੇ ਦੇ ਅੱਗੇ ਪੱਲਾ ਅੱਟਣਾ ਨਾ ਪੈ ਜੇ ਪਿੱਠ ਲੱਗ ਜਾਣੀ ਆ ਅਤੇ ਮਾਲਕ ਨੇ ਇਹੋ ਜਿਹਾ ਸਬੱਬ ਬਣਾਇਆ ਕਿਉਂਕਿ ਰੱਬ ਤੋਂ ਵੱਡਾ ਕੁਛ ਨਹੀਂ ਹੁੰਦਾ ਉਹਦੇ ਹੁਕਮ ਨਾਲ ਤੁਰੇ ਫਿਰਦੇ ਹਾਂ ਉਹਦਾ ਹੁਕਮ ਹੈ ਆ ਤੁਰੇ ਫਿਰਦੇ ਰਾਤ ਨੂੰ ਹੁਣ ਮਤਲਬ ਜਾ ਕੇ ਆਪਾਂ ਸੌ ਜਾਣਾ ਅਤੇ ਸੌਣ ਤੋਂ ਬਾਅਦ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਆਪਾਂ ਨੂੰ ਨਹੀਂ ਪਤਾ ਹੁੰਦਾ ਉੱਠਾਉਂਦਾ ਆਪਾਂ ਨੂੰ ਉਹਦੀ ਮਰਜ਼ੀ ਨਾਲ ਉੱਠਦੇ ਹੈ ਨਾ ਰਾਤ ਨੂੰ ਆਪਾਂ ਬੇਫਿਕਰ ਹੋ ਕੇ ਸੌ ਜਾਂਦੇ ਆਪਾਂ ਨੂੰ ਨਹੀਂ ਪਤਾ ਕਿ ਸਵੇਰ ਦਾ ਦਿਨ ਆਪਾਂ ਵੇਖਣਾ ਕਿ ਨਹੀਂ ਵੇਖਣਾ ਫਿਰ ਵੀ ਦੁਨੀਆ ਵੇਲਾ ਕਿਹੜੀ ਚੀਜ਼ ਦਾ ਮਾਣ ਘਰ ਚੱਕੀ ਫਿਰਦੀ ਠੱਗੀਆਂ ਮਾਰਦੀ ਬੁਰੇ ਹਾਲ ਹੈ ਨਾ ਉਹਨੂੰ ਸਾਰ ਮੈਂ ਤਾਂ ਦੱਸਣਾ ਕਿ ਮੈਂ ਇਹ ਗੱਲ ਕਹਿੰਦਾ ਕਿ ਆਪਾਂ ਜਿੰਨੇ ਕੁ ਆਪਣੇ ਸਰਕਲ ਦੇ ਬੰਦੇ ਆ ਮੈਂ ਨਾਲ ਦੇ ਇਹੋ ਕਹਿੰਦਾ ਕਿ ਕਦੀ ਗਲਤ ਕੰਮ ਨਹੀਂ ਕਰਨਾ ਕਿਸੇ ਦਿਲ ਨਹੀਂ ਦਿਖਾਉਣਾ ਦੁਨੀਆ ਬਥੇਰੀਆਂ ਤੁਮਤਾਂ ਲਾਉਂਦੀ ਹੁੰਦੀ ਹੈ ਦੁਨੀਆ ਬੜਾ ਕਰਦੀ ਹੁੰਦੀ ਆ ਅਤੇ ਦੁਨੀਆ ਸਮਝ ਲੈਂਦਾ ਵੀ ਨਾ ਆਪਾਂ ਫਿਰ ਆਪਣਾ ਸਰਗ ਆਪਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਸਹੀ ਹਾਂ ਜੇ ਆਪਣੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆ ਅਤੇ ਉਹਨੂੰ ਆਪ ਨੂੰ ਝੱਲਣਾ ਪੈਣਾ ਕਿਸੇ ਨੂੰ ਦੱਸਣ ਦਾ ਕੋਈ ਦੁੱਖੀ ਦਾ ਫਾਇਦਾ ਨਹੀਂ ਜੇ ਮਜ਼ਾਕ ਹੀ ਬਣਦਾ ਜੀ ਮੈਂ ਵਲੋਗਾਂ 'ਚ ਵੀ ਉਹ ਗੱਲਾਂ ਕਰਦਾ ਜਿਨ੍ਹਾਂ ਤੋਂ ਮੇਰੀ ਜ਼ਿੰਦਗੀ 'ਚ ਮੈਨੂੰ ਫਾਇਦਾ ਆ ਜੇ ਮੈਨੂੰ ਕਿਸੇ ਚੀਜ਼ ਦਾ ਨੁਕਸਾਨ ਹੋਇਆ ਮੈਂ ਦੱਸ ਦਿੰਦਾ ਕਿਉਂਕਿ ਸੱਜਣ ਮਿੱਤਰ ਆਪਾਂ ਨੂੰ ਵੇਖਦੇ ਕਿਤੇ ਨਾ ਕਿਤੇ ਜਿਹੜੇ ਲੋਕ ਆਪਾਂ ਨੂੰ ਮਤਲਬ ਵੇਖਣ ਦੇ ਇੰਨੇ ਪਿਆਰ ਕਰਦੇ ਉਹ ਕਿਤੇ ਨਾ ਕਿਤੇ ਉਹਨਾਂ 'ਤੇ ਫਰਕ ਪੈਂਦਾ ਜੇ ਆਪਾਂ ਰੋਜ਼ ਵਲੋਗ ਦੇ ਸ਼ਰਾਬ ਪੀਵਾਂਗੇ ਨਾ ਲੋਕਾਂ ਨੇ ਕਹਿਣਾ ਢਿੱਲੋ ਦੇ ਨਜ਼ਾਰੇ ਲੈਣੇ ਸ਼ਰਾਬ ਪੀਣ ਦੇ ਇਹਨਾਂ ਨੂੰ ਕੀ ਹੋ ਗਿਆ ਤਾਂ ਕਰਕੇ ਆਪਾਂ ਉਹ ਜਿਹਾ ਕੋਈ ਕੰਮ ਕਰਦੇ ਨਹੀਂ ਕਿ ਜਿਹਦੇ ਕਰਕੇ ਆਪਣੇ ਕਿਸੇ ਧੀ ਪੁੱਤ ਵਿਗੜੇ ਆਪਾਂ ਆਪਣੇ ਸ਼ੌਂਕ ਪੂਰੇ ਕਰਦੇ ਹਾਂ ਆਪਣੀ ਮਿਹਨਤ ਕਰਦੇ ਹਾਂ ਉਹ ਚੀਜ਼ ਵਿਖਾਉਂਦੇ ਹਾਂ ਆਪਾਂ ਹੈ ਨਾ ਕੋਈ ਮਾੜੀ ਚੀਜ਼ ਤਾਂ ਆਪਾਂ ਵਿਖਾਉਂਦੇ ਨਹੀਂ ਮੇਰੇ ਸਾਨੂੰ ਹਾਸਾ ਮਜ਼ਾਕ ਕਰਦੇ ਹਾਂ ਆਪਾਂ ਹਾਸਾ ਮਜ਼ਾਕ ਤੋਂ ਬਾਅਦ ਮਤਲਬ ਆਪਾਂ ਗੱਡੀ ਆਪਣੀ ਬਣਾ ਲਈ ਕੋਈ ਗੱਡੀ ਨਵੀਂ ਲੈ ਲਈ ਘਰ ਦੇ ਮਤਲਬ ਸਮਾਨ ਲੈਣ ਦਾ ਘਰ ਦਾ ਹੈ ਨਾ ਘੁੰਮ ਫਿਰ ਲਿਆ ਇਹੋ ਜ਼ਿੰਦਗੀ ਅਸਲ ਜ਼ਿੰਦਗੀ ਇਹੋ ਹੀ ਆ ਆਪਾਂ ਨੂੰ ਕਿਸੇ ਨਾਲ ਲੱਖ ਥੋੜ੍ਹੀ ਕੋਈ ਕਿ ਕੋਈ ਜ਼ਿੰਦਗੀ ਕਿਸੇ ਦੀ ਜ਼ਿੰਦਗੀ 'ਚ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ ਕੋਈ ਗੱਡੀ ਲੈ ਕੋਈ ਮੋਟਰਸਾਈਕਲ ਲੈ ਆਪਣਾ ਕੋਈ ਨਹੀਂ
ਸਗੋਂ ਆਪਣਾ ਯਾਰ ਮਿੱਤਰ ਗੱਡੀ ਲੈ ਕੇ ਆਉਂਦਾ ਆਪਾਂ ਖੁਸ਼ੀ ਮਨਾਈ ਦੀ, ਹੈ ਨਾ। ਅਮਰਿੰਦਰ ਜੀ ਰੈਗਨ ਲੈ ਕੇ ਆਇਆ, ਉਸ 'ਚ ਦੀ ਆਪਾਂ ਨੂੰ ਖੁਸ਼ੀ ਹੋਈ ਕਿ ਉਹ ਬੰਦੇ ਨੇ ਮਿਹਨਤ ਕੀਤੀ ਆ, ਅੱਜ ਜੀ ਰੈਗਨ ਵਾਲਾ ਹੋ ਗਿਆ, ਹੈ ਨਾ। ਆਪਾਂ ਮਿਹਨਤ ਕੀਤੀ, ਆਪਾਂ ਵੀ ਗੱਡੀਆਂ ਲਿਆਉਣ ਡੇ, ਬਾਕੀ ਕਿਸੇ ਦੀ ਕਿਸੇ ਚੱਲ ਵੇਖ ਕੇ ਸੜਨਾ ਭੁੱਜਣਾ ਚਾਹੀਦਾ ਨਹੀਂ। ਜੇ ਤੁਸੀਂ ਖੁਸ਼ ਨਹੀਂ ਨਾ ਹੋ ਸਕਦੇ, ਦੁਖੀ ਵੀ ਨਾ ਹੋ, ਚੁੱਪ ਕਰਕੇ ਆਪਣੇ ਘਰੇ ਬਹੋ, ਆਪਣੇ ਆਪਣੀ ਚਾਦਰ ਵਾਲੇ ਵੇਖੋ ਕਿ ਮੇਰੀ ਚਾਦਰ ਕਿੱਡੀ ਆ, ਮੈਂ ਉਹਦੇ ਵਿੱਚ ਵਿੱਚ ਰਹਿਣਾ। ਜਦੋਂ ਆਪਾਂ ਚਾਦਰ ਤੋਂ ਬਾਹਰ ਜਾਂਦੇ ਨਾ, ਕੰਮ ਖਰਾਬ ਹੋ ਜਾਂਦਾ, ਫਿਰ ਚਾਦਰ ਹੀ ਪੜਾ ਕੇ ਬਹਿ ਜਾਂਦੇ ਬਾਅਦ। ਪਹੁੰਚ ਗਈ ਯਾਰ ਹੋਣੀ ਘਰੇ, ਤਾਂ ਟਾਈਮ ਕਿੰਨਾ ਹੋ ਗਿਆ, ਸਵੇਰੇ 10:30 ਹੋ ਗਏ ਆ। ਐ ਵੀ ਸਵੇਰੇ ਐਤਵਾਰ ਜੀ, ਤਾਂ ਸਵੇਰੇ ਸੇਰਾ ਵੀ ਆਪਣੇ ਕੋਲ ਜੀ, ਤਾਂ ਸਵੇਰੇ ਸਾਰੀ ਗਿਆ ਜੀ ਇਕੱਠੀ ਇੱਥੇ। ਮੈਂ ਨਾ ਗੁਰੂਆ ਰਗੜਾ ਲੱਗਣਾ ਜੇ ਸਵੇਰੇ, ਹੁਣ ਫੁੱਲ ਵਾਲਾ ਫੁੱਲ ਕੰਮ ਚੱਲੂ ਗਿਆ। ਸਰਦਾਈ ਬਣਾਉਣੀ ਕਿ ਰਗੜਾ ਬਣਾਉਣਾ? ਸਰਦਾਈ ਚਲੋ ਵੀ ਸਵੇਰੇ ਸਰਦਾਈ ਪੀਤੀ ਜਾਊਗੀ, ਕਾਹਨੂੰ ਗੱਲਾਂ ਕਰਾਈ ਜਾਣੀ ਕਾਹਨੂੰ। ਰਾਤ ਵਾਲਾ ਲਾਸਟ ਮੀਲ ਆਪਣਾ ਰੈਡੀ ਜੇ, ਨਾਲ ਸਲਾਦ ਆ, ਚੌਲ ਆ, ਆਂਡੇ ਆ, ਅਤੇ ਆਂਡਿਆਂ ਥੱਲੇ ਸਬਜ਼ੀ ਆ ਤਰੀ ਵਾਲੀ। ਇਹ ਤੋਂ ਬਾਅਦ ਆਪਾਂ ਅੱਧਾ ਪੌਣਾ ਘੰਟਾ ਕਰਕੇ ਸੈਰ ਮੱਠੀ ਮੱਠੀ। ਚੰਗਾ ਵੀ ਮਿੱਤਰੋ, ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ। ਕੱਲ੍ਹ ਫੋਲੀ ਬਾਸ਼ੀ ਦਾ ਵਲੋਗ ਬਣਿਆ, ਹੋਈ ਗੱਲ ਹੈਗਾ ਐਤਵਾਰ 'ਤੇ, ਕੱਲ੍ਹ ਬੰਦੇ ਸਾਰੇ ਹੋਣੇ ਇਕੱਠੇ, ਕੱਲ੍ਹ ਜਿੰਮ ਜਿੰਮ ਨਹੀਂ ਜਾਣਾ, ਕੱਲ੍ਹ ਪਿੰਡ ਹੀ ਮਾਹੌਲ ਬਣੂੰਗਾ, ਅਤੇ ਬਾਕੀ ਮੇਰੀ ਜਾਣ। ਜਾਂਦੇ ਜਾਂਦੇ ਇੱਕ ਲਾਈਕ ਕਰ ਦਿਆ ਕਰੋ, ਅਤੇ ਘੈਂਟ ਜਿਹਾ ਕਮੈਂਟ ਕਰ ਦਿਆ ਕਰੋ, ਅਤੇ ਜਿਨ੍ਹਾਂ ਨੂੰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਓ, ਕਿਉਂਕਿ ਗਾਂਹ ਗਾਂਹ ਵਲੋਗ ਘੈਂਟ ਘੈਂਟ ਹੀ ਆਉਣੇ ਆ। ਤੁਹਾਨੂੰ ਪਤਾ ਡੇਲੀ ਬੇਸ ਦੇ ਵਲੋਗ ਹੈ, ਹੈ ਨਾ, ਜੋ ਡੇਲੀ ਕਰੀਦਾ ਉਹ ਬਣਾ ਦਈਦਾ। ਪਰ ਇਹ ਗਾੜੀ ਹੁਣ ਵੱਢ ਵਿਹਲੇ ਹੋ ਗਏ ਆ, ਅਤੇ ਗਾੜੀ ਹੁਣ ਵਲੋਗ ਕੱਲ੍ਹ ਨੂੰ ਗੱਲਾਂ ਵਾਲੇ ਆਉਣੇ ਆ, ਬਾਬਾ ਸੁੱਖ ਰੱਖੇ ਹੈ। ਅਤੇ ਮਿਲਦੇ ਆ ਮੇਰੀ ਜਾਣ ਬਾਕੀ ਸਵੇਰੇ ਨਵੇਂ ਵਲੋਗ ਦੇ ਨਾਲ। ਬਾਏ ਬਾਏ, ਜਿਹਨੇ ਵੀ ਵੱਸਦੇ ਰਹੋ ਉਹਦੇ ਨਜ਼ਾਰੇ ਲਓ, ਕਰਦੇ ਗੱਲਾਂ ਬਾਤਾਂ ਸਵੇਰੇ।